ਉਹਦਾ ਦੋਨੋਂ ਕੀੜੀ ਮਰ ਗਏ ਹਨ ਸਾਡਾ ਇਹ ਬਲੀ ਸ਼ੇਰ ਦੀ ਨਿਆਈ ਬਲ ਵਾਲਾ ਮੁਨੀ ਚੰਦ ਗਜਰਾਜ ਬਨਹਿ ਜਮ ਹੈ ਬਬਰ ਸ਼ੇਰ ਦੀ ਨਿਆਈ ਉਹਨਾਂ ਨੂੰ ਜਮ ਹੋ ਕਰਕੇ ਟੱਕਰੇਗਾ ਨਾਲੇ ਹਾਥੀ ਨੂੰ ਮਾਰੇਗਾ ਨਾਲੇ ਕੇਸਰੀ ਚੰਦ ਨੂੰ ਮਾਰੇਗਾ ਇਹੋ ਜਿਹਾ ਸਾਡਾ ਜਬਰਦਸਤ ਦੁਨੀ ਚੰਦ ਹੈ ਇਹੋ ਜਿਹਾ ਬਲੀ ਆ ਭਾਈ ਇਹ ਤਾਂ ਇੱਕ ਛਿਨ ਵਿੱਚ ਹੀ ਉਹਨਾਂ ਨੂੰ ਸੰਭਾਲ ਦੂਗਾ ਮਾਰ ਦੂਗਾ ਇਹ ਤਾਂ ਸਾਰੇ ਖਾਲਸੇ ਦੀ ਸਹਾਇਤਾ ਕਰੇਗਾ ਦੁਨੀ ਚੰਦ ਗੁਰ ਤੇ ਸੁਣ ਕੇ ਸੁਮਦਾਏ ਮਹਾਰਾਜ ਨੇ ਤਾਂ ਸਤ ਸੰਗੇ ਆਸ਼ੀਰਵਾਦ ਦੇ ਦਿੱਤੀ ਬਰਸਣ ਹਾਰਾ ਕਿਆ ਕਰੇ ਜਾਂ ਮੀਂਹ ਨਾ ਘਰ ਢਾਲੇ ਖੇਤ ਵਧਣ ਵਰਸਣ ਵਾਲਾ ਕੀ ਕਰੂ ਜਾ ਸਤ ਸੰਗਤ ਜੀ ਖੇਤ ਨੀ ਢਲਦਾ ਪਾਣੀ ਗੁਰੂ ਵਿਚਾਰਾ ਕਿਆ ਕਰੇ ਜਾਂ ਸਿੱਖ ਨਾ ਦੇਵੇ ਭੇਤ ਵਿਚਾਰਵਾਨ ਗੁਰੂ ਸਿੱਖ ਗੁਰੂ ਕੀ ਕਰੇਗਾ ਜਦੋਂ ਸਿੱਖ ਭੇਤ ਨੀ ਦਿੰਦਾ ਆਪਣਾ ਵੀ ਮੈਂ ਇਸ ਗੱਲੋਂ ਮੈਂ ਰੋਗੀ ਹਾਂ ਇਸੇ ਤਰ੍ਹਾਂ ਸਤ ਸੰਗਤ ਜੀ ਭਾਈ ਗੁਰਦਾਸ ਜੀ ਨੇ ਫਰਮਾਇਆ ਵੈਦ ਨੂੰ ਭੇਤ ਨਾ ਦੱਸੀਏ ਤਾਂ ਵਿਚਾਰਾ ਰੋਗ ਦਾ ਕੀ ਇਲਾਜ ਕਰੇਗਾ ਸੋ ਸਤਿਗੁਰੂ ਜੀ ਤਾਂ ਆਸ਼ੀਰਵਾਦ ਦੇ ਰਹੇ ਨੇ ਇਹਨੂੰ ਗਿੱਦੜਾਂ ਤੋਂ ਸ਼ੇਰ ਬਣਾ ਰਹੇ ਨੇ ਪਰ ਇਹਦਾ ਦਿਲ ਹੈ ਨਹੀਂ ਬਸੰਤ ਦਾ ਸਿੱਖਾਂ ਤੋਂ ਕੋਲੋਂ ਪੂਜਾ ਖਾ ਖਾ ਕੇ ਸਭ ਸੁਣੀ ਦਲਿੱਦਰੀ ਬਣਿਆ ਹੋਇਆ ਮਹਾਰਾਜ ਤਾਂ ਇਹਨੂੰ ਵਰ ਦੇ ਰਹੇ ਨੇ ਪਰ ਇਹਦੀ ਸੁਣੋ ਸਤ ਸੰਗਤ ਜੀ ਮਹਾਰਾਜ ਇਤਨਾ ਬਚਨ ਕਹਿ ਕੇ ਚੁੱਪ ਹੋ ਰਹੇ ਫੇਰ ਨੀ ਕਿਹਾ ਕੁਝ ਸੁਨੀ ਚੰਦ ਕੋ ਬਦਲ ਪਰੇਖਾ ਸਾਰੇ ਹੀ ਦੇਖਣ ਲੱਗ ਗਏ ਕਿ ਗੁਰੂ ਘਰ ਦਾ ਹਾਥੀ ਦੇ ਦਰਸ਼ਨ ਕਰ ਲਈਏ ਜਿਤਨੇ ਦੀਵਾਨ ਚ ਬੈਠੇ ਸੀ ਸਾਰੇ ਦੁਨੀ ਚੰਦ ਵੱਲ ਦੇਖਣ ਲੱਗ ਗਏ ਕੀ ਦੇਖਦੇ ਨੇ ਚਿਹਰਾ ਪੀੜਾ ਹੋ ਗਿਆ ਇਹਦਾ ਸਾਰਿਆਂ ਨੇ ਦੇਖ ਲਿਆ ਜਿਹੜਾ ਉਤਸ਼ਾਹ ਨਾ ਆਇਆ ਸੀ ਨਾ ਕਿ ਸਤਿਗੁਰੂ ਜੀ ਕੀ ਇੰਤਜ਼ਾਮ ਕਰਨਗੇ ਜਸਵਾਲੀਆਂ ਦੇ ਹਾਥੀ ਦਾ ਜਦ ਆਪਦੇ ਸਿਰ ਤੇ ਆ ਪਈ ਜ਼ਿੰਮੇਵਾਰੀ ਉਸੇ ਵੇਲੇ ਸਤ ਸੰਗਤ ਜੀ ਇਹਦੀ ਅਸਤ ਵਿਅਸਤ ਹਾਲਤ ਹੋ ਗਈ ਦੁਨੀ ਚੰਦ ਦੀ ਮਹਾਰਾਜ ਤਾਂ ਇਹ ਬਚਨ ਕਹਿ ਕੇ ਸਾਡਾ ਹਾਥੀ ਭਾਈ ਦੁਨੀ ਚੰਦ ਹੈ ਇਹ ਕੱਲ ਨੂੰ ਸਵੇਰੇ ਮੁਕਾਬਲੇ ਤੇ ਜਾਵੇਗਾ ਭੇਜਾਂਗੇ ਇਹਨੂੰ ਸਦਨ ਆਪ ਜੀ ਤੋਂ ਮਹਿਲਾਂ ਚ ਜਾ ਰਹੇ ਸ਼ਾਮ ਦਾ ਦੀਵਾਨ ਸਮਾਪਤ ਹੋਣਾ ਸੀ ਸਰਬ ਉੱਠ ਉੱਠ ਕਰ ਗਏ ਹੋਰ ਸਾਰੇ ਉੱਠ ਕੇ ਸਤ ਸੰਗੀ ਸਿੰਘ ਚਲੇ ਗਏ ਆਪਣੇ ਆਪਣੇ ਥਲ 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 ਫਿਰ ਆਪੋ ਆਪਣੇ ਤੰਬੂਆਂ ਚ ਜਾ ਕੇ ਇਸਤ ਹੋਏ ਚੰਦ ਸੁਣੋ ਜਨ ਮਰ ਗਏ ਦੁਨੀ ਚੰਦ ਨੇ ਮਹਾਰਾਜ ਦੇ ਬਚਨ ਕੀ ਸੁਣੇ ਸਤ ਸੰਗੀ ਜਾਨੋ ਜਾਨ ਹੀ ਨਿਕਲ ਗਈ ਮਰ ਗਿਆ ਵੀ ਕੱਲ ਬਸ ਕੱਲ ਤੱਕ ਹੀ ਹਾਂ ਮੈਨੂੰ ਕਿੱਥੇ ਛੱਡਣਾ ਹਾਥੀ ਨੇ ਮਹਾਰਾਜ ਨੇ ਹਾਥੀ ਦੇ ਮੈਨੂੰ ਮੂਹਰੇ ਕਰ ਦੇਣਾ ਹੁਣ ਭੱਜਿਆ ਹੀ ਜਾਨ ਬਚੂਗੀ ਇਹ ਤਾਂ ਠੀਕ ਨਹੀਂ ਹੋਇਆ ਇਹ ਤਾਂ ਸਤ ਸੰਗਤ ਜੀ ਮੁਰਝਾ ਗਿਆ ਜਵਾਬ ਦੇਣ ਦੀ ਵੀ ਹਿੰਮਤ ਨਹੀਂ ਰਹੀ ਮਹਾਰਾਜ ਨੂੰ ਇਹਨੇ ਇਹਦੇ ਅੰਦਰ ਦਿਲ ਧੀਰਜ ਹਾਰੇ ਦਿਲ ਵਿੱਚੋਂ ਸਤ ਸੰਗਤ ਜੀ ਧੀਰਜ ਚੱਕੀ ਗਈ ਹੌਲ ਗਿਆ ਮਨ ਇਕਦਮ ਉੱਠਿਆ ਮਨ ਵਿੱਚ ਹੌਲ ਆਪਣੇ ਸਿਬਰ ਮਝਾਰੇ ਜਿੱਥੇ ਇਹਦਾ ਡੇਰਾ ਸੀ ਮਝੈਲ ਸਿੰਘਾਂ ਦੇ ਵਿੱਚ ਸਤ ਸੰਗਤ ਜੀ ਉੱਥੇ ਗਿਆ ਸ਼ੁਸ਼ਕੋੜ ਪਰ ਜਿਹਵਾ ਫੇਰਤ ਬੁੱਲ ਸੁੱਕੀ ਜਾਂਦੇ ਨੇ ਚਿੰਤਾ ਨਾ ਘੜੀ ਘੜੀ ਸਤ ਸੰਗਤ ਜੀ ਜੀ ਫੇਰਦਾ ਬੁੱਲਾਂ ਤੇ ਦੁਨੀ ਚੰਦ ਪਿਆਰੇ ਪਰੀ ਨਾ ਕਿਸ ਦਿਸ਼ ਫੇਰਤ ਪਿਆਰੇ ਪਰੇ ਨਾ ਕਿਸ ਦਿਸ਼ ਹੇਰਤ ਕਿਸੇ ਵੱਲ ਦੇਖਦਾ ਨਹੀਂ ਚਿਹਰੇ ਤੇ ਪਲਤਣ ਆ ਗਈ ਇਸ ਦੇ ਦੀਰਘ ਸੁਭਾਸ ਲੇ ਤੇ ਚਿਤ ਚਿੰਤਾ ਚਿਤ ਵੇ ਚਿੰਤਾ ਚਿਤ ਵਧਾ ਨਾ ਉਹਦਾ ਅੰਮ੍ਰਿਤਸਰੋਂ ਚੰਗਾ ਸੀਗਾ ਹੋ ਕੇ ਲੈਂਦਾ ਕਿ ਮੇਰੀ ਤਾਂ ਮੌਤ ਆ ਗਈ ਹੁਣ ਇਹ ਕਿਆ ਗੁਰੂ ਕਰਿਓ ਬਿਰਤੰਤਾ ਮੈਂ ਤਾਂ ਗਿਆ ਸੀ ਦੀਵਾਨ ਚ ਦਰਸ਼ਨਾਂ ਨੂੰ ਗੁਰੂ ਸਾਹਿਬ ਨੇ ਇਹ ਕੀ ਬਰਤਾਤ ਕੀਤਾ ਰਾਸ ਵਿਸਾਲ ਮਰਨ ਕੋ ਭਇਓ ਮਰਨ ਦਾ ਬੜਾ ਭੈ ਹੋਇਆ ਇਹਦੇ ਅੰਦਰ ਖਾਲਸਾ ਜੀ ਮਾਰੇ ਜਨ ਮਰ ਗਏ ਬਿਨਾਂ ਮਾਰਿਆ ਹੀ ਮਰ ਗਿਆ ਹਾਥੀ ਨੇ ਤਾਂ ਜਦ ਮਾਰਨਾ ਉਦੋਂ ਹੀ ਮਾਰਨਾ ਪਹਿਲਾਂ ਹੀ ਜਾਨ ਨਿਕਲਦੀ ਜਾਂਦੀ ਹੈ ਇਹਦੀ ਸੋਚਦ ਚਿੰਤਾ ਪਰ ਗਈ ਚਿਤ ਵੇ ਸੋਚਦਾ ਮਨ ਵਿੱਚ ਚਿੰਤਾ ਹੋ ਗਈ ਅੰਧੇਰੀ ਨਿਸ ਪ੍ਰਾਪਤ ਭਈ ਉਧਰ ਰਾਤ ਪੈ ਗਈ ਚਿਤ ਵੈ ਜਤਨ ਬਚੋ ਕਿਸ ਦਾਏ ਕਿਹੜੇ ਦਾ ਨਾ ਮੇਰਾ ਬਚਾ ਹੋਵੇ ਹੁਣ ਚਿਤਵ ਦਾ ਖਾਲਸਾ ਜੀ ਦੁਨੀ ਚੰਦ ਯਤਨ ਕੋਈ ਰਾਤ ਹੋ ਤੂੰ ਮੁਝਦੇ ਚਿਰਵਾਏ ਬਸ ਰਾਤ ਰਾਤ ਹੀ ਹੈ ਸਵੇਰ ਹੁੰਦਿਆਂ ਮੈਨੂੰ ਹਾਥੀ ਦੇ ਮੂਹਰੇ ਕਰ ਦੇਣਾ ਹਾਥੀ ਨੇ ਮੈਨੂੰ ਚੀਰ ਕੇ ਰੱਖ ਦੇਣਾ ਐ ਮਨ ਵਿੱਚ ਇਹ ਰੱਖੀ ਬੈਠਾ ਜਾਮਨ ਦੇਖੇ ਕਸ਼ੂਵਨ ਆਵੇ
रात नूं ही जे कोई यतन हो सके तां हो सकदा जे श्री नानक प्राण बचावे। गुरु नानक देव जी मेरे प्राण बचा दे। गुरु नानक देव जी नूं ध्यान लग गया जिन्हां ने वर दिता कि साडा हाथी आ उहनूं गुरु नानक रूप नहीं मनदा है भी उही गुरु नानक दा हुक्म दिंदा है। कहना गुरु नानक देव जी जे मेरे प्राण बचा देन तां चंगा ही है। चलो पलायन हवै दिज द्वेश देश। मैं अपने देश नू नठ जावां वाजे नू तां चंगा है। वजवे जतन और विशेष होर तां कहिंदा कोई विशेष करके जतन बचन दा है नी। रातो रात नठ जाइए दुख बनते जेडे मेरे नाल सिंह माझे दे आया ओ भी दुखी हन। सबन जे साथ चलंते उन्हां नूं भी मैं कहूंगा भी तुसी भी मेरा साथ दियो बच जाओ तुसी भी जंग तो चलिए नठ चलिए। पूर्व दया सिंह के पास एक कुछ जतन करने वास्ते खालसा जी पहला भाई दया सिंह दे कोल गया रात नूं प्रकाश रात नूं घूमदा ही रहा नींद नहीं आई इहनूं सतसंग जी पहुंच के भाई दया सिंह दे पास बचन कहे हां करी गुरु रण की कार। भाई दया सिंह दुनी चंद कहिंदा गुरु साहिब ने जंग दी किरत क्यों छेड़ी है उन्हें होया ही झगड़ा छेड़िया। सिख संगत नित परत बहुगार सिख संगत रोज ही गाली जांदा गुरु गोबिंद सिंह साहिब जी। सिख संगत गली जांदियां मरी जांदियां हन। सुमन शंकर महत बखेरा इन्हां ने किसे ने बना के भी रखी है दसवें पातशाह ने सारा नाल ही झगड़ा रखदे ने इह भाई दया सिंह नूं जाके लगा कहन दुनी चंद आज बिगारत बड़ो बडेरा बहुता कम गुरु घर दा बिगाड़ी जांदे ने चंगी इह गुरसा गद्दी इन्हां नूं दित्ती है। बहुत पराध को ढोबे हाथी हुण देख भाई दया सिंह सवेरे पहाड़ियां ने हाथी मूहरे करना लख हो सुबठन अजुद साथी नाल ही शस्त्र धारी लखा सूरमे होणगे पहाड़ियां दे। मेरी बात कहां जे मरियो मेरी तां कोई गल नहीं जे मैं मर गया कतल सकल वै है इम डरियो कतल सकल हवै है इम डरियो। मैं तो यूं डरदा भई मैं कल्ला नहीं मरना सारे ही कतल हो जाओगे तुसी पहाड़ियां दी फौज चढ़ के आऊ किला हाथी ने तोड़ देना मैनू तो सारिया की चिंता छलना गल करदा है चिंता आप दे मरन दी है। कहना मेरी तो कोई गल नहीं मैं तो मर जाऊ कहना होर सिंघा का बहुत नुकसान हो अब तां मिलकर मसलत की जाए आप हुण सोईए ना कहना दया सिंह नूं कहना दुनी चंद आप सारे रल के रात नूं रह करिए वर्तन परात संधि की जाए दिन चढ़ दे तो पहला पहला आप सुला क्यों ना कर दिए पहाड़ी राजा नाल नीम चंद टिंग दूत भेजी जाए रात नूं आप कोई राजदूत भेज दीए भीम चंद कोले संगर हो तो शांत बरती जाए अही जी आप ਵਿੱਚ ਰਹਿ ਕਰਦੇ ਆ ਸੁਲਾ ਕਰਦੇ ਆ ਸ਼ਾਂਤੀ ਵਰਤ ਜੇ ਕੱਲ ਨੂੰ ਜੰਗ ਨਾ ਹੋਵੇ ਗੁਰੂ ਮਨ ਤੋਂ ਟਿਕ ਰਹੀ ਫਿਰ ਜੇ ਤਾਂ ਸੁਲਾ ਕਰਨੀ ਗੁਰੂ ਸਾਹਿਬ ਮੰਨ ਜਾਣ ਦਇਆ ਸਾਹਿਬ ਨੂੰ ਸਤਸੰਗ ਜੀ ਦਇਆ ਸਿੰਘ ਨੂੰ ਕਹਿੰਦਾ ਇਹ ਦੁਨੀ ਚੰਦ ਜੇ ਤਾਂ ਆਪਣੇ ਅਨੁਸਾਰੀ ਹੋ ਜਾਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਮਹਾਰਾਜ ਦੇ ਪਾਸ ਰਹੋ ਨਤ ਨਾਹਕ ਕਿਹੋ ਪ੍ਰਾਣ ਗਵਈਆ ਨਹੀਂ ਆਪਾਂ ਵਿਅਰਥ ਕਿਉਂ ਪ੍ਰਾਣ ਗਵਾਈ ਜਾਂਦੇ ਹਾਂ। ਦਇਆ ਸਿੰਘ ਬਰਮਿਓ ਤਿਸ ਜਾਣਿਓ ਭਾਈ ਦਇਆ ਸਿੰਘ ਤੋਂ ਭਾਈ ਅੰਤਰਜਾਮੀ ਨੇ ਬ੍ਰਹਮ ਬੇਤੇ ਨੇ ਸਭ ਤੋਂ ਪਹਿਲਾਂ ਸੀਸ ਦੇਣ ਵਾਲੇ ਜਾਣਗੇ ਕਿ ਤਾਂ ਦੁਨੀ ਚੰਦ ਭਰਮ ਗਿਆ ਗੁਰੂ ਸਾਹਿਬ ਦੇ ਉੱਤੇ ਜਿਹਨੇ ਭਰਮ ਕਰ ਲਿਆ ਇਹਦੀ ਗਤੀ ਨਹੀਂ ਹੋਣੀ ਇਹਨੂੰ ਧੀਰਜ ਦੇਣ ਵਾਸਤੇ ਬਚਨ ਕਹੇ ਭਾਈ ਦਇਆ ਸਿੰਘ ਨੇ ਗੁਰੂ ਸਰਬੱਗ ਭਲੀ ਸਭ ਕਰੈ ਕਹਿੰਦੇ ਦੁਨੀ ਚੰਦ ਕਿਉਂ ਚਿੰਤਾ ਕਰਦਾ ਗੁਰ ਸਰਬੱਗ ਗੁਰੂ ਸਾਰਿਆਂ ਦੇ ਗਿਆਤੇ ਹਨ ਜੋ ਕਰਦੇ ਨੇ ਭਲਾ ਹੀ ਕਰਦੇ ਨੇ ਮਹਾਰਾਜ ਹੋਣਹਾਰ ਸੋਈ ਚਿਤ ਧਰੈ ਜੋ ਹੋਣਹਾਰ ਹੋਈ ਹੁੰਦੀ ਆ ਨਾ ਭਾਣਾ ਵਰਤਣਾ ਹੁੰਦਾ ਅਗਲੇ ਨੂੰ ਸਮਾਂ ਜਿਸ ਤਰ੍ਹਾਂ ਦਾ ਬਤੀਤ ਹੋਣਾ ਉਸ ਤਰ੍ਹਾਂ ਮਹਾਰਾਜ ਕੌਤਕ ਕਰਦੇ ਨੇ ਤਰਕਨਾ ਤਿੰਨ ਕੀ ਕਿਰਤ ਮਹਿ ਬਣਾ ਉਹਨਾਂ ਦੀ ਕਿਰਤ ਦੇ ਉੱਤੇ ਕਦੇ ਤਰਕ ਨਹੀਂ ਕਰਨੀ ਚਾਹੀਦੀ ਸਤਸੰਗਤ ਜੀ ਨੇਚਾ ਤਾਂ ਇਤਨਾ ਚਾਹੀਦਾ ਨੇਚੇ ਬਿਨਾਂ ਮਨ ਡੋਲ ਜਾਂਦਾ ਜੇ ਸਤਸੰਗ ਜੀ ਨੇਚਾ ਹੋ ਜਾਵੇ ਨਾ ਡੋਲੇ ਤਾਂ ਪਾਰ ਉਤਾਰਾ ਹੁੰਦਾ ਹੈ ਕੋਈ ਸਤਸੰਗ ਜੀ ਬੱਚਾ ਸੀ ਘਰੋਂ ਰੁੱਸ ਕੇ ਚਲਿਆ ਗਿਆ ਕੋਈ ਪੂਰਬਲੇ ਸਤਸੰਗਤ ਜੀ ਸ਼ੁਭ ਕਰਮ ਵੀ ਉਹਦੇ ਸਨ
ਭਾਵੇਂ ਘਰਦਿਆਂ ਨਾਲ ਲੜ ਕੇ ਗਿਆ ਪਰ ਉਦਣ ਸਤਸੰਗ ਜੀ ਉਹਦੀ ਮੌਤ ਵੀ ਸੀ। ਸਾਧੂ ਦੇ ਆਸ਼ਰਮ ਤੇ ਚਲਿਆ ਗਿਆ, ਰਾਤ ਨੂੰ ਸਤਸੰਗ ਜੀ ਉੱਥੇ ਹੀ ਬਰਾਜਿਆ। ਜੰਗਲ ਦੇ ਵਿੱਚ ਆਸ਼ਰਮ ਸੀ, ਬੜੀ ਭਾਰੀ ਜੰਗਲ ਦੇ ਵਿੱਚੋਂ ਸਰਾਲ ਨਿਕਲ ਕੇ ਆਈ। ਸਰਾਲ ਨੇ ਸਤਸੰਗ ਜੀ ਉਹਦਾ ਸਾਹ ਪੀਣਾ ਸੀ, ਨਾਲੇ ਖੂਨ ਉਹਦਾ ਚੱਟਣਾ ਸੀ। ਪੂਰਵ ਦੇ ਜਨਮ ਦਾ ਸਤਸੰਗ ਜੀ ਕੋਈ ਦੇਖਾ ਸੀ, ਉਹਦੀ ਮੌਤ ਸੀ ਤੇ ਨਾਲੇ ਸਤਸੰਗ ਜੀ ਉਹਦਾ ਖੂਨ ਚੂਸਣਾ ਸੀ ਉਹ ਸਰਾਲ ਨੇ। ਐਨ ਸਤਸੰਗ ਜੀ ਉਸੇ ਟਾਈਮ ਜਿਸ ਵੇਲੇ ਸਰਾਲ ਆਈ, ਉਹ ਸੁੱਤਾ ਪਿਆ, ਮਹਾਤਮਾ ਭਜਨ ਕਰਦੇ ਆਪਣੀ ਮੌਜ ਵਿੱਚ ਜਾਗਦੇ ਸਨ। ਸੋਚਦੇ ਨੇ ਵੀ ਜੰਗਲ ਚੋਂ ਅੱਗੇ ਕਦੇ ਸਰਾਲ ਨਹੀਂ ਆਈ, ਬੜੀ ਭਾਰੀ ਭਿਆਨਕ ਸੱਪ ਸਾਲ ਭਾਰਾ ਆ ਰਿਹਾ ਹੈ ਸਰਾਲ। ਜਦੋਂ ਆਈ ਸਤਸੰਗ ਜੀ ਉਹਦੀ ਭਾਸ਼ਾ 'ਚ ਮਹਾਤਮਾ ਨੇ ਕਿਹਾ, ਹੇ ਸਰਾਲ ਪਿੱਛੇ ਹੱਟ, ਕੀ ਕਾਰਨ ਹੈ? ਕਹਿਣ ਲੱਗੀ, ਇਹਨੇ ਪਿਛਲੇ ਜਨਮ 'ਚ ਮੇਰਾ ਖੂਨ ਪੀਤਾ ਸੀ, ਮੈਂ ਅਜਿਹਾ ਬੱਚਾ ਦਾ ਖੂਨ ਪੀਣਾ ਜਿਹਦੀ ਮੌਤ ਹੈ। ਕਹਿਣ ਲੱਗੇ, ਬਸ ਇੰਨਾ ਹੀ ਹਿਸਾਬ ਹੈ? ਕਹਿੰਦੇ ਹਾਂ। ਕਹਿੰਦੇ ਠਹਿਰ, ਫਿਰ ਬਿਰਥਾ ਨਾ ਸਾਧ ਮਲਾਪ। ਸਾਧੂ ਦਾ ਮਲਾਪ ਕਦੇ ਨਿਸਫਲ ਨਹੀਂ ਜਾਂਦਾ, ਸਫਲ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਘਰ ਵਿੱਚ ਆਈ ਆ ਕੇ ਹਾਜ਼ਰੀ ਭਰੀ ਨਿਸਫਲ ਨਹੀਂ ਜਾਂਦੀ ਖਾਲਸਾ ਜੀ ਕਦੇ ਵੀ। ਇਹ ਕੜੀ ਆਧੀ ਕੜੀ ਆਧੀ ਹੂੰ ਤੇ ਆਦਿ ਭਗਤ ਨੂੰ ਸੇਤੀ ਜਗੋਸ਼ਟੇ ਜੋ ਕੀਨੇ ਸੋ ਲਾਭ। ਮਹਾਤਮਾ ਕੋਲ ਸਤਸੰਗ ਜੀ ਕਰਦ ਸੀ ਜਿਵੇਂ ਸਬਜ਼ੀ ਚੀਰਨ ਵਾਲੀਆਂ ਆਪਾਂ ਰੱਖਦੇ ਹਾਂ, ਚੱਕ ਕੇ ਕਹਿਣ ਲੱਗਾ, ਮੈਂ ਖੂਨ ਤੈਨੂੰ ਪਿਆ ਦਿੰਦਾ, ਚਟਾ ਦਿੰਦਾ, ਤੂੰ ਜਾਣ ਦੇ। ਕਹਿੰਦੀ, ਖੂਨ ਵੀ ਸ਼ਾਹ ਰੱਖਦਾ ਪੀਣਾ ਮੈਂ, ਜਿੱਥੋਂ ਦੀ ਸਾਹ ਚੱਲਦੇ ਨੇ। ਕਹਿੰਦੇ, ਕੋਈ ਨਹੀਂ, ਤੈਨੂੰ ਉੱਥੋਂ ਦਵਾ ਦਿੰਦਾ। ਮਹਾਤਮਾ ਨੇ ਸਤਸੰਗਤ ਜੀ ਛੁਰੀ ਲੈ ਕੇ ਹੌਲੀ ਦੇਣੇ, ਬੱਚਾ ਸੁੱਤਾ ਪਿਆ ਉਹਨੂੰ ਕੋਈ ਪਤਾ ਨਹੀਂ, ਗਲ ਤੇ ਰੱਖਤੀ ਜਦੋਂ ਛੁਰੀ, ਜਦੋਂ ਦੇਣ ਲੱਗੇ ਥੋੜ੍ਹਾ ਜਿਹਾ ਚੀਰਾ ਬੂੰਦਾਂ ਹੀ ਚਾਰ ਕੱਢਣੀਆਂ ਸੀ, ਉਹਨੂੰ ਚਟਾਉਣੀਆਂ ਹੀ ਸੀ ਸਰਾਲ ਨੂੰ, ਬੱਚੇ ਦੀਆਂ ਅੱਖਾਂ ਖੁੱਲ ਗਈਆਂ। ਦੇਖਦਾ ਵੀ ਮਹਾਤਮਾ ਦਾ ਹੱਥ ਵਿੱਚ ਛੁਰੀ ਹੈ, ਗਲ ਦੇ ਉੱਤੇ ਰੱਖੀ ਹੈ, ਹਲੇ ਕੋਈ ਸ਼ੰਕਾ ਰਹੇ ਜੀ ਸਤਸੰਗ ਜੀ ਮੌਤ ਮਾਰਨ ਵੱਲੋਂ? ਫਿਰ ਅੱਖਾਂ ਮੀਚੜੀਆਂ। ਕਹਿੰਦਾ, ਇਹ ਮਹਾਤਮਾ ਦੀ ਸ਼ਰਨ ਲਈ ਆ, ਮਹਾਤਮਾ ਕਿਸੇ ਦਾ ਬੁਰਾ ਨਹੀਂ ਕਰਦੇ ਹੁੰਦੇ, ਮੇਰਾ ਭਲਾ ਹੀ ਕਰਨਗੇ। ਭਰੋਸਾ ਵੱਧ ਗਿਆ ਕਿ ਨਾ। ਮਹਾਤਮਾ ਨੇ ਸਤਸੰਗ ਜੀ ਚੀਰਾ ਦਿੱਤਾ, ਪੱਤੇ ਦੇ ਉੱਤੇ ਬਿਰਛ ਦੇ ਉੱਤੇ ਪਾ ਕੇ ਸਤਸੰਗ ਜੀ ਖੂਨ ਔਰ ਸਰਾਲ ਨੂੰ ਚਟਾ ਦਿੱਤਾ ਤੇ ਚਲੀ ਗਈ ਉਹ। ਦਿਨ ਚੜਿਆ, ਬਾਲਕ ਉੱਠਿਆ, ਸਤਸੰਗਤ ਜੀ ਦੁਖਣਾ ਤੇ ਸੀ ਥੋੜਾ ਜਿਹਾ ਥਾਂ, ਫਿਰ ਵੀ ਚੀਰਾ ਦਿੱਤਾ ਹੋਇਆ ਸੀ। ਉੱਠ ਕੇ ਪੁੱਛਦਾ, ਮਹਾਤਮਾ ਜੀ ਨਾਲੇ ਰਾਤ ਤੁਸੀਂ ਮੇਰੀ ਸ਼ਰਨਾਂ ਨੂੰ ਗਲ ਵੱਢਣ ਲੱਗੇ ਸੀ, ਨਾਲੇ ਆ ਘਾਸ ਕਾਹਦੀ ਪਈ ਹੈ ਜਿੱਥੋਂ ਦੀ ਉਹ ਸਰਾਲ ਆਈ ਘਸੜਦੀ ਆਈ ਨਾ? ਕਹਿੰਦੇ, ਕਾਕਾ ਤੇਰੀ ਮੌਤ ਸੀ, ਤੇਰੇ ਪੂਰਵਲੇ ਕਰਮ, ਤੇਰੇ ਘਰਦਿਆਂ ਨਾਲ ਤੂੰ ਝਗੜਿਆ ਤਾਂ ਰੁੱਸ ਕੇ ਆਇਆ, ਉਹ ਤੇਰਾ ਘਰਾਂ ਵਿੱਚ ਰੁੱਸਣਾ ਜਿਹੜਾ ਸੀ ਉਹ ਤੇਰਾ ਸਫਲ ਸੀ। ਪੂਰਵਲਾ ਕਰਮ ਤੇਰੇ ਸਾਡੀ ਸੰਗਤ 'ਚ ਲਿਆ ਆ, ਤੈਨੂੰ ਕਿਵੇਂ ਅਸੀਂ ਮਰਨ ਦੇ ਦਿੰਦੇ? ਅੱਜ ਦੇ ਦਿਨ ਸ਼ਾਹ ਰੱਖਦਾ ਤੇਰੀ ਦਾ, ਇਸਨੇ ਸਰਾਲ ਨੇ ਖੂਨ ਚੂਸਣਾ ਸੀ, ਤੇਰੀ ਮੌਤ ਸੀ, ਅਸੀਂ ਕਰਦ ਦੇ ਨਾਲ ਤੇਰਾ ਖੂਨ ਕੱਢ ਕੇ ਉਹਨੂੰ ਚਟਾ ਦਿੱਤਾ, ਹਿਸਾਬ ਕਿਤਾਬ ਵੀ ਪੂਰਾ ਕਰ ਦਿੱਤਾ, ਤੇਰੀ ਜ਼ਿੰਦਗੀ ਵੀ ਬਚ ਰਹੀ। ਸੋ ਸਤਸੰਗਤ ਜੀ, ਜੇ ਮਹਾਤਮਾ ਦੇ ਉੱਤੇ ਉਸਨੇ ਨੇਚਾ ਧਾਰਿਆ ਤਾਂ ਗੁਰਸਿੱਖੋ ਉਹਦੀ ਦੀਰਘ ਆਜੂ ਹੋਈ ਬੱਚੇ ਦੀ। ਅੱਜ ਉਹ ਬਾਲਕ ਵਰਗਾ ਵੀ ਇਹਨੇ ਸਤਸੰਗ ਜੀ ਨੇਚਾ ਨਹੀਂ ਧਾਰਿਆ, ਪੁਸਤਾਂ ਤੋਂ ਨਾਲੇ ਪਿਓ ਦਾਦੇ ਸਿੱਖ ਬਣੇ ਹੋਏ ਨੇ, ਮਸੰਦ ਨੇ, ਪੂਜਨੀਕ ਨੇ, ਦਾਦਾ ਬ੍ਰਹਮ ਗਿਆਨੀ ਸੀ, ਪਰ ਅੱਜ ਸਤਸੰਗ ਜੀ ਡੋਲਿਆ ਹੋਇਆ ਦੁਨੀ ਚੰਦ ਥਿੜਕਿਆ ਹੋਇਆ। ਭਾਈ ਦਇਆ ਸਿੰਘ ਨੂੰ ਕਹਿੰਦਾ, ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਸੁਲਾਹ ਕਰ ਲਈਏ ਤਾਂ ਚੰਗਾ। ਸੋ ਡੋਲਦਾ ਹੈ ਇਹ ਪੁਰ ਪੰਕਤੀ, ਤਰਕ ਨਾ ਤੈਨੂੰ ਕਹੋ ਕੀ ਕਿਰਤ ਮੈਂ ਬਣਾ। ਭਾਈ ਦਇਆ ਸਿੰਘ ਜੀ ਕਹਿੰਦੇ, ਜੋ ਗੁਰ ਦੀਆ ਸੋ ਮਨ ਕੇ ਕਾਂ, ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਜੋ ਗੁਰੂ ਸਾਹਿਬ ਨੇ ਹੁਕਮ ਕੀਤਾ, ਉਹ ਆਪਣੇ ਜਗਿਆਸੂਆਂ ਦੇ ਮਨ ਕੰਮ ਆਉਣ ਵਾਲਾ ਹੈ। ਤੂੰ ਡੋਲ ਨਾ, ਗੁਰੂ ਸਾਹਿਬ ਦੀ ਕਿਰਤ ਦੇ ਉੱਤੇ ਕਦੇ ਸ਼ੰਕਾ ਨਾ ਕਰੇ। ਰਹੋ ਅਨੁਸਾਰੀ ਆਨੰਦ ਸੁਣੈ, ਜੇ ਤੂੰ ਆਗਿਆਕਾਰੀ ਰਹੇਗਾ ਨਾ, ਗੁਰੂ ਸਾਹਿਬ ਦਾ ਆਨੰਦ ਦੇ ਸਹਿਤ ਹੋਵੇਗਾ, ਕਦੇ ਦੁੱਖ ਨਹੀਂ ਨੇੜੇ ਆਵੇਗਾ ਦੁਨੀ ਚੰਦ,
डोर ना तो हुक्म करहे सो मानो भलो। जो गुरु साहब हुक्म करदे ने भला करके मन जिम तोरहे मगत मही चलो। जिमे जेड़े रास्ते गुरु तोरदा उसे रास्ते चलना चाहिदा सिख नो। हिम सोने उठ अपरन टिक गयो। इयो सुन के सतसंग जी भाई दया सिंह ने दा जवाब देता गुरु की आग्या मननी चाहिदी है तेनू ऐ कह दिता। इनू फिर सतसंग जी भरोसा ना आया उठो उठ के फिर होर सिंघा कोले गया रात नू। इस विदेही सो पाखद भयो। इसे तरह उन्हां नू कहंदा प्यार कल नू बहुत नुकसान हो खालसे दा मारे जावांगे सुरा कर लो। धर्म सिंह साहिब सिंह पासी पंजा प्यारा जो भाई धर्म सिंह जी पास गया भाई साहिब सिंह मोहकम सिंह पास गया मोहकम सिंह समीप प्रकाशी। इन्हां पंजा प्यारा कोले भी जाके इन्हें बात दसी जी दुनी चंद ने पंचो मुक्ति सिंह जो वीर पंजिया मुक्तिया कोले गया सतसंग जी देवा सिंह राम सिंह टहल सिंह ईश्वर सिंह फतेह सिंह। ए पंज ओ मुक्ते ने पिछे आपां विचार चुके हां जिन्हां ने पंजा प्यारियां तो बाद कहा सी महाराज साडे भी सीस लै लो ते सानू अमृत दे दियो। उदो संगत विच हले ए नहीं सी महाराज ने खुलासा कीता कि भाई हुण सीस लै तो बिना ही अमृत वरतेगा। सब नू पता सी कि सीस दे के फिर अमृत मिलता है। सीस बढ़ाउणा किहड़ा सतसंग जी सिखाला है पर इन्हां ने खड़ के कहा सी महाराज साडे सीस भी लै लो। सतगुरु जी कहिंदे भाई सीस तुसी दे कहता साडे कोले आ गए थोनू असी मुक्तियां दी पदवी दिंदे हां। सो इन्हां पंजां मुक्तियां कोले भी सतसंग जी गया दुनी चंद भेद कारण पाखै सब तीर। सारियां दे कोले ओह गल करदा जिवें खालसे च फुट पै जावे भाई गुरु साहब नालों जिवें उल्ट हो जावे खालसा आशीर्वाद मेल कर बाब हो। कहिंदा चंगी गल है पहला तां आपां मिले मिलाप कर लिए पहाड़ी राजां नाल नाहीं तां गुरु को त्याग पलाब हो नहीं तां गुरु साहब नूं छड के आपां च नठ चलिए आनंदपुर साहब चों खोत प्रभावत ना बचो जाए। जे सवेर होगी फेर नहीं बचिया जाना अब कहिया है करिया है बन जाए उपाए। हुण आपां रातो रात कोई जतन करिए कोई ना कोई साधन बन जू लेन देन राजन संग नाही अपना कोई लेना देना राजा नाल नहीं है। क्यों नायक मरिए हरण माही क्यों व्यर्थ में जंग दे विच मरदे आ आपा सारे उन्हें उठो दे सिंह के डेरे। फिर इन्हां सिंघां पंजां मुक्तियां कोलों पंजां प्यारां कोलों सतसंग जी जांदा जांदा भाई उदय सिंह दे पास गया। कमने उतरास दे बडेरे हृदय च बड़ा डरिया होया मसंद दुनी चंद कल नू मौत दींदी हाथी दे मुकाबला करना चिंता अपनी सकल प्रकाशी जाके अपनी चिंता दसी उदय सिंह नू कहां से हेरी अपन विनाशी। कहदा उदय सिंह की जंग सेड लिया आपां गुरु साहब ने भी नहीं सोचिया अपना रोज सिंह नास हुंदे ने अबलो कर कर रोज बिसाला हुण तक बड़ा भारी तू बल बल करके छल बल करके उदेसियां बल बुद्ध छल कर शत्र न झाला दुश्मना ने झल नहीं सके तेरे प्रताप नू हुण तक तू बड़ी सियाणप दे नाल जंग कीता पहला सिफत कीती इहने उदय सिंह दी। साध साध तो कहो सब भांति मैं तेनू मन बाणी सीर करके शाबाश शाबाश कहना दुनी चंद कहंदा तू बड़ा बड़ा सूरमा उदेसियां अरे जहां कहते राती जिथे किथे तू अड़िया बैरी मारे ने आए भई आए भई अब कात फिर कुफेरी पर कहना हुण गल उल्ट बन गई है उदेसिया मैं तां आया रात नू बचा सकल जे ले मत मेरी बचा है सकल जे ले है वो मत मेरी ये उदेसिया मेरी सिख्या ले लो आपा सारे बच रहांगे ना तो होए भोए परे कमसाना नहीं ता कल नू कमसान दा जंग हो पऊ तोए जवे हाथी मस्ताना जदों मस्त हाथी उन्हां ने ढो दित्ता अगे किले दे ओए मारे पुरु बिन आई मोहे मारे पूर्व बिन आई बिना आई तो मैनू ता मारी देना हाथी ने अंतिम ही सब शीश बिहाई इसे तरह सारे सिर दे उत्ते तलवारां कड़कण गईयां पहाड़ी सूरमियां दियां
ਤੁਸੀਂ ਵੀ ਮਾਰੇ ਜਾਵੋਗੇ। ਟੂਟ ਹੈ ਪਨ ਬਚੇ ਨਾ ਕੋਈ, ਕਿਲਾ ਹਾਥੀ ਨੇ ਤੋੜ ਦੇਣਾ ਦਰਵਾਜਾ, ਕੋਈ ਬਚੇਗਾ ਨਹੀਂ ਸਿੰਘ। ਲੱਖੋਂ ਸੂਬਟ ਖੜਗ ਰਣ ਹੋਏ, ਲੱਖਾਂ ਸੂਰਮਿਆਂ ਦੇ ਹੱਥਾਂ 'ਚ ਤਲਵਾਰਾਂ ਹੋਣਗੀਆਂ, ਜੰਗ ਹੋਵੇਗਾ। ਵਿਚਾਰ ਤੇਰੇ ਟਿਕ ਮਿਲਾ, ਇਹ ਵਿਚਾਰ ਕਰਕੇ ਮੈਂ ਤੈਨੂੰ ਮਿਲਣ ਆਇਆ ਹੈ ਉਦੇਸਿਆ। ਗੁਰ ਸਮਝਾਏ ਲਿਹੋ ਅਬ ਭਲਾ, ਰਾਤ ਨੂੰ ਗੁਰੂ ਸਾਹਿਬ ਨੂੰ ਸਮਝਾਓ, ਫੇਰ ਵੀ ਭਲੀ ਬਾਤ ਹੈ। ਕਹੋ ਜੋ ਹਮਰੋ ਮਨ ਹੈ ਮਿਲੀਏ, ਜੇ ਤਾਂ ਗੁਰੂ ਸਾਹਿਬ ਆਪਣਾ ਕਿਹਾ ਮੰਨਣ ਤਾਂ ਮਿਲ ਲਈਏ, ਨਾ ਤਾਂ ਦੇਸ਼ ਆਪਣੇ ਚਲੀਆ, ਨਹੀਂ ਤਾਂ ਆਪੋ ਆਪਣੇ ਪਿੰਡਾਂ ਨੂੰ ਚਾਲੇ ਪਾ ਦਿਓ, ਆਪਣੇ ਦੇਸ਼ ਨੂੰ ਚਲੇ ਚੱਲੋ। ਹਾਏ ਕਾਕੀ ਗੁਰ ਕਰ ਲੱਗੀ, ਗੁਰੂ ਕੱਲੇ ਕੀ ਕਰ ਲੈਣਗੇ ਫੇਰ, ਸਿੱਖ ਸੰਗਤ ਬਿਨ ਕਹਾਂ ਲੜਾਂਗੇ, ਸਿੱਖ ਸੰਗਤਾਂ ਬਿਨਾਂ ਕਿਵੇਂ ਗੁਰੂ ਸਾਹਿਬ ਕੱਲਾ ਲੜ ਲਵੇਗਾ। ਇਉਂ ਨਹੀਂ ਪਤਾ ਵੀ ਜਦੋਂ ਦੁਸ਼ਟ ਦਮਨ ਰੂਪ ਵਿੱਚ ਸੀ ਉਦੋਂ ਕੱਲਿਆਂ ਨੇ ਤਲਵਾਰ ਵਾਹੀ ਹੈ, ਕਿੰਨੇ ਰਾਕਸ਼ ਚੜ ਕੇ ਆਏ ਸੀ, ਨੇੜੇ ਨਹੀਂ ਲੱਗਣ ਦਿੱਤੇ। ਚੰਡੀ ਵੀ ਨੱਠ ਗਈ ਸੀ, ਮਹਾਰਾਜ ਨਿਰਭੈ ਹੋ ਕਰਕੇ ਸਤਸੰਗ ਜੀ ਸਾਰਿਆਂ ਨੂੰ ਖਤਮ ਕਰ ਦਿੱਤਾ। ਸਾਲ ਭਇਓ ਤਨ 5000 ਦੋਵੋਂ ਲੜਤੇ ਨਹਿਬਾਂ ਟਲੀ ਹੈ, 5000 ਸਾਲ ਸਤਸੰਗ ਜੀ ਭਗਵਾਨ ਨੇ ਪਰਮੇਸ਼ੁਰ ਨੇ ਜੰਗ ਕੀਤਾ ਹੈ। ਉਹ ਪਰਮੇਸ਼ੁਰ ਦਾ ਰੂਪ ਮਹਾਰਾਜ ਸਾਹਿਬ ਜੀ ਹਨ, ਅਤੇ ਇੱਥੇ ਮਹਾਰਾਜ ਸਾਹਿਬ ਜੀ ਨੂੰ ਇੱਕ ਇੱਕ ਸਿੰਘ ਨੂੰ ਜੇ ਲੱਖ ਨਾਲ ਲੜਾ ਸਕਦੇ ਨੇ, ਦਸਵੇਂ ਪਾਤਸ਼ਾਹ 'ਚ ਕਿੰਨੀ ਕੁ ਸ਼ਕਤੀ ਹੈ ਲੜਨ ਦੀ। ਜਾਂ ਤੇ ਮਿਲ ਸਕਰੇ ਜੇ ਕਹੋ, ਦੁਨੀ ਚੰਦ ਕਹਿੰਦਾ ਜੇ ਆ ਤੁਸੀਂ ਸਾਰੇ ਸਿੰਘ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਨੂੰ ਕਹੋ, ਸੰਦ ਕਰੋ ਜੀਵਤ ਬਚ ਰਹੋ, ਆਪਾਂ ਮਿਲਾਪ ਕਰ ਲਈਏ ਪਹਾੜੀ ਰਾਜਿਆਂ ਨਾਲ, ਜਿਉਂਦੇ ਬਚ ਰਹਾਂਗੇ। ਉਦੇ ਸਿੰਘ ਜਾਣਿਓ ਭਲੇ, ਉਦੇ ਸਿੰਘ ਨੇ ਵੀ ਜਾਣ ਲਿਆ, ਤਰ ਭਇਓ ਮਸੰਦ, ਇਹ ਮਸੰਦ ਤਾਂ ਕੈਰ ਬਣ ਗਿਆ, ਇਹ ਤਾਂ ਛੱਡ ਗਿਆ ਦਿਲ, ਰਾਸ ਕਰਤ ਹੈ ਮਰਨ ਤੇ, ਮਰਨ ਤੋਂ ਡਰਦਾ ਹੁਣ ਇਹ, ਮਰਨ ਚਹਿਕ ਚਲਿਓ ਮੰਦ ਮੰਦ, ਮੰਦੀ ਮਤ ਵਾਲਾ ਉਹ ਨੱਠਣਾ ਚਾਹੁੰਦਾ ਹੈ ਅਨੰਦਪੁਰ ਸਾਹਿਬ ਤੋਂ। ਧੀਰਜ ਦੇਣ ਹੇਤ ਸੋ ਬੋਲਾ, ਭਾਈ ਉਦੇ ਸਿੰਘ ਜੀ ਧੀਰਜ ਦੇਣ ਵਾਸਤੇ ਬੋਲੇ। ਦੁਨੀ ਚੰਦ ਕਹਿ ਉਠ ਮਨ ਹੌਲਾ, ਉਹ ਦੁਨੀ ਚੰਦ ਕਿਉਂ ਤੇਰਾ ਮਨ ਉੱਠ ਖੜਿਆ, ਹੌਲ ਗਿਆ, ਉਸ ਦਿਨ ਚਲੀ ਮਸੰਦੀ ਆਈ, ਦੇਖ ਕਿਉਂ ਤੇਰੇ ਹਿਲ ਦੇ ਮਨ ਵਿੱਚੋਂ ਹੌਲ ਉੱਠਿਆ ਹੈ, ਤੇਰੀ ਪੁਸਤਾਂ ਤੋਂ ਤੁਸੀਂ ਮਸੰਦ ਬਣੇ ਆਏ ਹੋ, ਤੇਰੇ ਦਾਦੇ ਪੜਦਾਦੇ ਸਾਰੇ ਮਸੰਦ ਸਨ, ਗੁਰ ਘਰ ਦੇ ਨਿਜ ਪਰਵਰਿਸ਼ ਪਾਈ, ਤੁਸੀਂ ਗੁਰੂ ਘਰ ਦਾ ਖਾ ਕੇ ਪਲੇ ਹੋ, ਸੁਖ ਦੁੱਖ ਭੋਗਨੇ ਇਨਕੇ ਸਾਥ, ਸੁਖ ਦੁੱਖ ਜਿਹੜਾ ਭੋਗਣਾ ਗੁਰੂ ਸਾਹਿਬ ਦੇ ਨਾਲ ਹੀ ਆ, ਗੁਰੂ ਸਾਹਿਬ ਤੋਂ ਵੱਖਰਾ ਨਹੀਂ ਹੋਣਾ ਚਾਹੀਦਾ ਆਪਾਂ ਨੂੰ। ਹਮ ਤੁਮਕੋ ਉਚਰੈ ਉਚਤੈ ਧਰਮਾਥ, ਹਮ ਤੁਮਕੋ ਉਚਤੈ ਧਰਮਾਥ, ਸਿਰ ਮੱਥੇ ਤੇ ਗੁਰੂ ਕਾ ਹੁਕਮ ਮੰਨਣਾ, ਇਹ ਤੈਨੂੰ ਤੇ ਮੈਨੂੰ ਇਹ ਯੋਗ ਹੈ, ਧੁਰੋਂ ਆਪਣੇ ਗੁਰੂ ਸਾਹਿਬ ਨਾਲ ਪ੍ਰੀਤੀ ਬਣ ਆਈ ਹੈ, ਜਨਮਾਂ ਜਨਮਾਂ ਦੇ ਸਿੱਖ ਹਾਂ। ਸਤਸੰਗਤ ਜੀ, ਜਗਿਆਸੂਆਂ ਭਗਤਾਂ ਨੂੰ ਪਤਾ ਹੈ, ਡੋਲਣ ਵਾਲਿਆਂ ਨਾਲ ਤਾਂ ਸਤਸੰਗ ਜੀ ਸ਼ਿਵ ਜੀ ਦੀ ਪਾਰਵਤੀ ਚੰਗੀ, ਜਿਸ ਵੇਲੇ ਸਤੀ ਹੋ ਗਈ ਸੀ ਸਤਸੰਗ ਜੀ, ਪਹਿਲਾਂ ਸਤੀ ਸੀ ਉਹਦਾ ਨਾਂ, ਦੂਜਾ ਜਨਮ ਪਾਰਵਤੀ ਰੂਪ ਹੋ ਕਰਕੇ ਹੋਇਆ। ਬੜਾ ਨਾਰਦ ਨੇ ਕਿਹਾ ਕਿ ਸ਼ਿਵ ਜੀ ਤਾਂ ਹਰ ਵੇਲੇ ਅੱਕ ਧਤੂਰਾ ਖਾਂਦਾ ਅਮਲੀ ਹੈ, ਹਰ ਵੇਲੇ ਮੜੀਆਂ 'ਚ ਬੈਠਦਾ, ਸਵਾਹ ਮਿਲਾਉਂਦਾ, ਡੋਰੂ ਖੜਕਾਉਂਦਾ, ਕਿਸੇ ਨੂੰ ਸਾਰ ਨਹੀਂ ਲੈਂਦਾ, ਭੂਤ ਪ੍ਰੇਤ ਨਾਲ ਰੱਖਦਾ ਹੈ, ਇਹੋ ਜਿਹੇ ਨੇ ਤੂੰ ਕਾਹਨੂੰ ਵਿਆਹ ਕਰਾਉਣਾ, ਹੋਰ ਥੋੜ੍ਹੇ ਦੇਵਤੇ ਤੇਰੇ ਵਾਸਤੇ। ਉਹ ਕਹਿੰਦੀ ਹੈ ਜਨਮ ਜਨਮ ਕੀ ਰਗਰ ਹਮਾਰੀ, ਬਰੋਂ ਸੰਭ ਤੋਂ ਰਹੋ ਨਾ ਤੋਂ ਰਹੋ ਕੁਮਾਰੀ, ਇਹ ਨਾਰਦ ਮੈਨੂੰ ਭੜਕਾ ਨਾ, ਜਨਮਾਂ ਜਨਮਾਂ ਦੀ ਮੇਰੀ ਪ੍ਰੀਤੀ ਸ਼ਿਵ ਜੀ ਦੇ ਚਰਨਾਂ 'ਚ, ਮੇਰਾ ਪਤੀ ਉਹੀ ਹੈ ਚਾਹੇ ਕਿਹਾ ਜਾਵੀ ਹੈ, ਬਰੋਂ ਸੰਭ ਨਾ ਤੋ ਰਹੋ ਕੁਵਾਰੀ, ਮੈਂ ਕੁਵਾਰੀ ਰਹਾਂਗੀ, ਜੇ ਬਰਾਂਗੀ ਤਾਂ ਸ਼ਿਵ ਜੀ ਨੂੰ ਬਰਾਂਗੀ। ਅੱਜ ਸਤਸੰਗਤ ਜੀ, ਗੁਰੂ ਕੇ ਸਿੱਖ ਕੋਈ ਇੱਕ ਜਨਮ ਦੇ ਹੁੰਦੇ ਆ, ਜਨਮਾਂ ਜਨਮਾਂ ਦੇ ਸਤਸੰਗ, ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਨਾ ਹੁੰਦਾ ਉਨ੍ਹਾਂ ਚਿਰ ਸਤਸੰਗ ਜੀ ਆਪਾਂ ਨੂੰ ਇਸ ਗੁਰੂ ਘਰ ਵਿੱਚ ਆ ਕੇ ਸਿੱਖੀ ਪ੍ਰਾਪਤ ਹੁੰਦੀ ਰਹਿਣੀ ਆ। ਪਰ ਇਹ ਨਹੀਂ ਵੀ ਜੇ ਪ੍ਰਾਪਤ ਹੁੰਦੀ ਰਹਿਣੀ ਆ ਤਾਂ ਚਲੋ ਇਵੇਂ ਜਿਵੇਂ ਦਰਿੱਦਰ ਧਾਰ ਛੱਡੋ। ਸਤਸੰਗਤ ਜੀ, ਸਤਿਗੁਰੂ ਜੀ ਉਡੀਕਦੇ ਹਨ ਕਿ ਕਦੋਂ ਸਿੱਖ ਰਹਿਤ ਵਹਿਤ ਰੱਖ ਕੇ ਕਮਾਈ ਕਰਕੇ ਸਾਡੀ ਗੋਦ ਵਿੱਚ ਸਮਾਉਂਦਾ ਹੈ। ਸੋ ਅੱਜ ਭਾਈ ਉਦੇ ਸਿੰਘ ਕਹਿੰਦੇ ਹੋਏ, ਦੁਨੀ ਚੰਦ ਕਿਉਂ ਦਿਲ ਛੱਡਦਾ, ਪਿਓ ਦਾਦੇ ਤੋਂ ਮਸੰਦ ਬਣੇ ਹੋਏ ਹੋ, ਗੁਰੂ ਘਰ ਦਾ ਖਾਂਦੇ ਆ ਰਹੇ ਹੋ, ਜੋ ਗੁਰੂ ਸਾਹਿਬ ਦਾ ਹੁਕਮ ਹੈ ਉਹ ਸਤ ਕਰਕੇ ਮੰਨ। ਸੰਗ ਮਤੰਗ ਜੇ ਤੋਹੇ ਲਰਾਵੈ, ਤੈਨੂੰ ਪਤਾ ਜੇ ਤੈਨੂੰ ਹਾਥੀ ਨਾਲ ਲੜਾਉਣਗੇ ਮਹਾਰਾਜ, ਓਕੇ ਹਰ ਬਲ ਤੋਹੇ ਬਣਾਵੈ, ਤੇਰੇ ਅੰਦਰ 10 ਗੁਣਾ ਬਲ ਭਰਨਗੇ ਪਹਿਲਾਂ, ਇਹ ਨਾ ਸਮਝੀ ਵੀ ਤੈਨੂੰ ਐਵੇਂ ਜਿਵੇਂ ਹੀ ਭੇਜ ਦੇਣਗੇ,
ਤੈਨੂੰ ਸ਼ੇਰ ਬਬਰ ਸ਼ੇਰ ਜਿੰਨਾ ਬਲ ਦੇਣਗੇ ਫਿਰ ਹਾਥੀ ਦੇ ਮੁਕਾਬਲੇ ਤੇ ਕਰਨਗੇ ਗੁਰੂ ਸਾਹਿਬ ਤੈਨੂੰ ਤੈਨੂੰ ਮਰਵਾ ਕੇ ਹਾਥੀ ਤੋਂ ਗੁਰੂ ਸਾਹਿਬ ਕਦੇ ਆਪਣੀ ਹਾਰ ਕਰਾ ਸਕਣਗੇ ਤੈਨੂੰ ਉਮੀਦ ਹੈ ਬਈ ਤੈਨੂੰ ਮਰਵਾ ਦੇਣ ਤੇ ਗੁਰੂ ਸਾਹਿਬ ਹਾਰ ਕਰ ਲੈਣ ਆਪਣੀ ਸਤਿਗੁਰੂ ਜੀ ਨੂੰ ਜਿੱਤ ਦੀ ਲੋੜ ਹੈ ਤੂੰ ਡਰਨਾ ਕਿਮ ਪ੍ਰਭ ਕਰਹਿਨ ਬਾਬ ਹੈ ਲਾਜਾ ਗੁਰੂ ਸਾਹਿਬ ਸਿੱਖਾਂ ਦੀ ਲਾਜ ਨਿਭਾਉਣਗੇ ਚਿੰਤਾ ਨਾ ਕਰ ਤੂੰ ਹਾਥੀ ਕੋ ਮਾਰੇ ਜਬੈ ਤੂੰ ਜਦੋਂ ਹਾਥੀ ਨੂੰ ਮਾਰੇਗਾ ਅਦਕ ਬੜਾਈ ਪ੍ਰੇਹਰ ਹਿਤ ਤਵੈ ਤੈਨੂੰ ਤਾਂ ਬਹੁਤ ਹੀ ਵੱਡੀ ਵਡਿਆਈ ਦੇਣਗੇ ਜਿਹੜੀ ਹੁਣ ਤੇਰੇ ਕੋਲ ਵਡਿਆਈ ਹੈ ਤੂੰ 10 ਗੁਣਾ ਹੋਰ ਵਡਿਆਈ ਵਧੇਗੀ ਹਾਥੀ ਮਰਵਾਉਣਾ ਗੁਰੂ ਸਾਹਿਬ ਨੇ ਮਰਵਾਉਣਾ ਤੇਰੇ ਦੁਆਰਾ ਤੈਨੂੰ ਵਡਿਆਈ ਦੇਣ ਲੱਗੇ ਨੇ ਕਿ ਤੇਰਾ ਨੁਕਸਾਨ ਕਰਨ ਲੱਗੇ ਨੇ ਤੂੰ ਡੋਲਨਾ ਆਪਣਾ ਕਾਰਜ ਬਣਾਵੇ ਆਪੂ ਆਪਣਾ ਕਾਰਜ ਆਪ ਹੀ ਗੁਰੂ ਸਾਹਿਬ ਸਵਾਰਨ ਵਾਲੇ ਹਨ ਵਧਾਵੇ ਕਨੇ ਪ੍ਰਤਾਪੂ ਤੇਰਾ ਪ੍ਰਤਾਪ ਹੀ ਵਧਾਉਣਾ ਤੇਰਾ ਤਾਂ ਬਹਾਨਾ ਹੀ ਬਣਾਉਣਾ ਹੈ ਹਾਥੀ ਤਾਂ ਗੁਰੂ ਸਾਹਿਬ ਨੇ ਮਾਰਨਾ ਹੈ ਸਾਹਿਬ ਕੰਮ ਪਰ ਜਬ ਆਏ ਜਦੋਂ ਸਾਹਿਬ ਮਾਲਕ ਦਾ ਕੋਈ ਕੰਮ ਹੁੰਦਾ ਆ ਪੈਂਦਾ ਜ਼ਰੂਰੀ ਇੱਕ ਸੇਵਕ ਪਰ ਵਿੱਚ ਸਮਦਾਏ ਫਿਰ ਸਾਰਿਆਂ ਸੇਵਕਾਂ ਨੂੰ ਤਾਂ ਨਹੀਂ ਕਹਿੰਦਾ ਹੁੰਦਾ ਸਾਹਿਬ ਇੱਕ ਸੇਵਕ ਨੂੰ ਕਹਿੰਦਾ ਲੈ ਭਾਈ ਤੂੰ ਕੰਮ ਕਰਿਆ ਲੱਖਾਂ ਮੈਂ ਜਬ ਇੱਕ ਬੁਲਾਈ ਜਦੋਂ ਲੱਖਾਂ ਵਿੱਚੋਂ ਇੱਕ ਨੂੰ ਬੁਲਾਉਂਦਾ ਹੈ ਮਾਲਕ ਸਫਲ ਬੜਾਈ ਕੋ ਤਾਂ ਪਈ ਹੈ ਉਹ ਸਮਝੋ ਜਿਹਦਾ ਨਾਂ ਲਿਆ ਹੋਵੇ ਤਾਂ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇ ਵੀ ਦੂਜਿਆਂ ਨੂੰ ਨਹੀਂ ਕਿਹਾ ਮੈਨੂੰ ਕਿਹਾ ਹੈ ਮੇਰੇ ਭਾਗ ਚੰਗੇ ਨੇ ਤੂੰ ਸਮਝ ਤੇਰੇ ਉੱਤਮ ਭਾਗ ਨੇ ਮਹਾਰਾਜ ਹੋਰਾਂ ਤੋਂ ਕਿਹੜਾ ਨਹੀਂ ਜੰਗ ਕਰਵਾ ਸਕਦੇ ਤੈਨੂੰ ਪਦਵੀ ਦੇਣਗੇ ਤੈਨੂੰ ਵਡਿਆਈ ਮਾਤ ਲੋਕ ਵਿੱਚ ਵੀ ਤੇਰਾ ਜਸ ਹੋਵੇਗਾ ਪਰਲੋਕ ਵਿੱਚ ਵੀ ਤੇਰਾ ਜਸ ਹੋਵੇਗਾ ਤੈਨੂੰ ਬਲ ਇੰਨਾ ਦੇ ਦੇਣਾ ਮਹਾਰਾਜ ਨੇ ਹਾਥੀ ਤੈਨੂੰ ਕੀੜੀ ਦੀ ਨਿਆਈ ਨਜ਼ਰ ਆਊਗੀ ਇਹੋ ਜਿਹਾ ਸੱਚੇ ਪਾਤਸ਼ਾਹ ਪਰਉਪਕਾਰੀ ਸੱਚੇ ਪਾਤਸ਼ਾਹ ਬਲ ਦੇਣ ਵਾਲੇ ਨੇ ਤੂੰ ਦਿਲ ਨਾ ਛੱਡ ਇੱਥੇ ਤਾਂ ਸਤਸੰਗ ਜੀ ਰਗੜੋ ਰਗੜੀ ਹੋਈ ਨੰਗਾ ਭੁੱਖਾ ਰਿਹਾ ਨਾ ਕੋਈ ਖਾਲਸਾ ਸਤਸੰਗ ਜੀ ਰਗੜਾ ਲਾ ਕੇ ਛਕ ਲਵੇ ਉਹ ਕਹਿਣ ਲੱਗ ਜਾਂਦਾ ਮੈਨੂੰ ਤਾਂ ਲਟੈਣ ਡੱਕਾ ਹੀ ਪਈ ਨਜ਼ਰ ਆਉਂਦੀ ਹੈ ਐਂ ਸਿੰਘ ਕਹਿਣ ਲੱਗ ਜਾਂਦੇ ਨੇ ਜਿੱਥੇ ਕਲਗੀਧਰ ਪਾਤਸ਼ਾਹ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਪੈ ਜਾਣੀ ਸੀ ਸਤਸੰਗ ਜੀ ਮਸੰਦ 'ਤੇ ਕਿਉਂ ਨਾ ਮੁਕਾਬਲਾ ਕਰਦਾ ਪਰ ਦਿਲ ਨਹੀਂ ਸਤਸੰਗ ਜੀ ਮਾਟ ਚੰਗੇ ਕਰਮ ਕਿੱਥੋਂ ਲਿਆਵੇ ਜਾਣੈ ਸੇਵਕ ਨਿਜ ਕੋ ਧੰਨ ਉਹ ਸੇਵਕ ਨੂੰ ਜਦੋਂ ਮਹਾਰਾਜ ਹੁਕਮ ਕਰਨਾ ਕਿਸੇ ਸੇਵਾ ਵਾਸਤੇ ਸੇਵਕ ਆਪਣੇ ਆਪ ਨੂੰ ਧੰਨ ਸਮਝੇ ਕਿ ਅੱਜ ਮੇਰੇ ਭਾਗ ਖੁੱਲ ਗਏ ਮਹਾਰਾਜ ਨੇ ਮੈਨੂੰ ਸੇਵਾ 'ਚ ਕਿਹਾ ਹੈ ਤਨ ਮਨ ਤੇ ਪਦ ਕਰਹਿ ਪ੍ਰਸੰਨ ਤਨ ਮਨ ਕਰਕੇ ਪ੍ਰਸੰਨ ਹੋਵੇ ਨਾਲੇ ਗੁਰੂ ਨੂੰ ਪ੍ਰਸੰਨ ਕਰੇ ਸੁਣ ਕਰ ਦੁਨੀ ਚੰਦ ਪੁਨ ਕਹਿਓ ਦੁਨੀ ਚੰਦ ਨੇ ਸੁਣ ਕੇ ਫੇਰ ਕਿਹਾ ਸਭ ਕੋ ਤੈ ਕਹੋ ਕਿਉਂ ਨਾ ਲਹਿਓ ਹਿਤ ਸਭ ਕੋ ਤੈ ਹੈ ਕਿਉਂ ਨਾ ਲਹਿਓ ਕਹਿੰਦੇ ਉਹਦੇ ਸਿਆ ਤੂੰ ਸਾਰਿਆਂ ਦਾ ਭਲਾ ਕਿਉਂ ਨਹੀਂ ਸੋਚਦਾ ਭਲੀ ਦੇ ਮੂੰਹ ਕੋ ਵਡਿਆਈ ਚੰਗੀ ਮੈਨੂੰ ਵਡਿਆਈ ਦਵਾਉਣਾ ਹਾਥੀ ਦੇ ਮੂਹਰੇ ਫਸਾਉਣਾ ਉਰਦਵਲੀ ਜਬ ਚੀਰ ਬਗਾਈ ਉਦੋਂ ਹੀ ਮੈਨੂੰ ਵਡਿਆਈ ਮਿਲੂ ਜਦੋਂ ਬੜਾ ਭਾਰੀ ਹਾਥੀ ਜਸਵਾਲੀਆਂ ਦਾ ਮੈਨੂੰ ਚੀਰ ਦੇਵੇਗਾ ਸੁੰਡ ਚਕ ਲੈ ਕੇ ਆਈ ਮੁਝ ਕਰੈ ਪ੍ਰਹਾਰੇ ਬਿਨ ਆਈ ਮੁਝ ਕਰੈ ਪ੍ਰਹਾਰੇ ਬਿਨਾ ਮੌਤ ਆਈ ਤੋ ਮੈਨੂੰ ਮਾਰ ਦੇਣਾ ਹਾਥੀ ਨੇ ਮਰਹੋ ਇਹਾਂ ਭਾਗ ਕਹਿ ਭਾਰੇ ਇੱਥੇ ਮੈਂ ਮਰ ਜਾਣਾ ਹਾਥੀ ਦਾ ਮਾਰਿਆ ਹੈ ਤੂੰ ਮੈਨੂੰ ਕਹਿਣਾ ਤੇਰੇ ਉੱਤੋਂ ਭਾਗ ਨੇ ਚੰਗਾ ਮੇਰੇ ਉੱਤੋਂ ਭਾਗ ਬਣਾਉਣਾ ਤੂੰ ਜਸ ਪ੍ਰਾਪਤ ਮੇਰੇ ਕਿਸ ਕਾਜਾ ਜੇ ਮਰੇ ਤੋਂ ਬਾਅਦ ਮੇਰਾ ਜਸ ਹੋਇਆ ਮੇਰੇ ਕਿਸ ਕੰਮ ਹੈ ਜਬ ਮਾਰੇ ਦਲ ਮਲ ਗਲ ਗਜ ਰਾਜਾ ਬੜਾ ਜ਼ਬਰਦਸਤ ਸਾਥੀ ਹੈ ਮੈਨੂੰ ਦਲ ਮਲ ਕੇ ਮਾਰ ਦੂ ਇਹਨ ਕੋ ਪਿਤਾ ਸ਼ਾਂਤ ਚਿਤ ਚੋ ਹੋਵਾ ਉਹਦੇ ਸਿਆਂ ਦੇਖ ਇਹਨਾਂ ਦਾ ਪਿਤਾ ਗੁਰੂ ਤੇਗ ਬਹਾਦਰ ਸੀ ਕਿੰਨਾ ਸ਼ਾਂਤ ਸੀ ਇਹਨ ਸਭ ਉਗਰ ਨਾ ਕੋ ਗੁਰ ਜੋਵਾ ਇਹਦੇ ਵਰਗਾ ਤਾਂ ਕੋਈ ਕੈੜਾ ਤੇ ਔਰ ਜ਼ੁਲਮ ਕਰਨ ਵਾਲਾ ਗੁਰੂ ਹੀ ਨਹੀਂ ਦੇਖਿਆ ਕਹਿੰਦਾ ਇਹ ਤਾਂ ਬਹੁਤਾ ਲੜਾਕਾ ਹੈ ਜਬ ਨਿਜ ਤਨ ਮਹਿ ਬਲ ਕੁਛ ਲਹਿਓ ਦੋਸ਼ ਰੋਪਣ ਲੱਗ ਗਿਆ ਖਾਲਸਾ ਜੀ ਗੁਰੂ ਸਾਹਿਬ ਤੇ ਕਹਿੰਦਾ ਮੈਂ ਤਾਂ ਅੱਖੀਂ ਦੇਖਦਾ ਜਦੋਂ ਦਾ ਇਹਨਾਂ ਨੇ ਸਰੀਰ 'ਚ ਬਲ ਧਾਰਿਆ ਨਿਤੋਦ ਪਾਤ ਕਰੀਏ ਕਰਤੀਆ ਹੈ ਰਹਿਓ ਇਹ ਤਾਂ ਉਹ ਪੱਧਰ ਕਰਦਾ ਹੀ ਰਿਹਾ ਨਾ ਕੋਈ ਉਧ ਮੂਲ ਉਠਾਉਂਦਾ ਹੀ ਰਿਹਾ ਚਾਰ ਮੌਰ ਕੇ ਦੇਸ਼ ਲੜਾਈ ਪਹਿਲਾਂ ਉੱਥੇ ਨਾਨ ਬਲ ਗਿਆ ਸੀ ਉੱਥੇ ਪਹਾੜੀਆਂ ਨਾਲ ਲੜਾਈ ਲੜ ਲਈ ਸਭ ਰਾਜਨ ਸੰਗ ਬਿਗਰਿਓ ਜਾਈ ਪੌਂਟੇ ਸਾਹਿਬ ਭੰਗਾਣੀ ਦਾ ਜੰਗ ਕੀਤਾ ਸਾਰੇ ਪਹਾੜੀ ਰਾਜਿਆਂ ਨੇ ਵਿਗਾੜ ਲਈਏ ਨੇ ਰਾਮ ਰਾਏ ਕੇ ਹਤੇ ਮਸੰਦ
फिर बद गया गाहां देहरादून जाके बसंत मार दिते राम राय दे फूक फूक के कड़ाया च उन्हें आयो नजपुरे आनंद उधरों विचरदा हुण आनंदपुर साहब आया लड़न मरन मारन ते काम इहदा काम ही गुरता गद्दी ते बैठ के लड़ना मारना मरना आही कम रह गया इहदे वास्ते ਐ ਸੱਚ ਸੰਜੀ ਤੂੰ ਮਤ ਲਾਉਂਦਾ ਦਸਵੇਂ ਪਾਤਸ਼ਾਹ ਨੂੰ ਸ਼ਾਂਤ ਚਿਤ ਥਿਰਹਿ ਨਾ ਧਾਮੂ ਆਪਣੇ ਮਨ ਨੂੰ ਸ਼ਾਂਤ ਕਰਕੇ ਘਰ ਵਿੱਚ ਨੀ ਟਿਕਦਾ ਗੁਰੂ ਗੋਬਿੰਦ ਸਿੰਘ ਜੀ ਅਨੇਕ ਵਾਰ ਕਰ ਚੁੱਕੇ ਹੋ ਲੜਾਈ ਇੱਕ ਨੀ ਦੋ ਨੀ ਅਨੇਕਾਂ ਵਾਰੀ ਲੜਾਈ ਕਰ ਚੁੱਕਿਆ ਇਹ ਸਭ ਦੇ ਕਰੈ ਹੀਨ ਵਡਿਆਈ ਸਾਰੇ ਪਹਿਲਿਆਂ ਗੁਰੂਆਂ ਦੀ ਵੀ ਵਡਿਆਈ ਇਹਨੇ ਥੱਲੇ ਸਿੱਟ ਦੇਣੀ ਆ ਆਖੇ ਪਹਿਲੇ ਗੁਰੂਆਂ ਦਾ ਜਸ ਬਹੁਤ ਸੀ ਇਹਨੇ ਬਦਨਾਮੀ ਕਰਾ ਦੇਣੀ ਆ ਗੁਰੂ ਘਰ ਦੀ ਸੁਣਪਨ ਉਦੇ ਸਿੰਘ ਸਮਝਾਇਓ ਜਦੋਂ ਨਿਸ਼ਰਦਕ ਬਚਨ ਕਹੇ ਖਾਲਸਾ ਜੀ ਗੁਰੂ ਦੇ ਉਲਟੇ ਇਸ ਨੇ ਮੌਤ ਤੋਂ ਡਰਦੇ ਨੇ ਭਾਈ ਉਦੇ ਸਿੰਘ ਨੇ ਫੇਰ ਸਮਝਾਇਆ ਤੀਜ ਧਰਨ ਤੋਹੇ ਬਣ ਆਇਓ ਤੀਰਜ ਧਰਨ ਤੋਹੇ ਬਣ ਆਇਓ ਭਾਈ ਉਦੇ ਸਿੰਘ ਕਹਿੰਦੇ ਦੁਨੀ ਚੰਦ ਤੈਨੂੰ ਬਣ ਆਉਂਦੀ ਹੈ ਕਿ ਧੀਰਜ ਧਾਰ ਇਮ ਕਰਬੋ ਤੇ ਇਨ ਕਹਿਬੋ ਸਤਿਗੁਰੂ ਸੁਜਾਨੇ ਇਹ ਜਿਹੜਾ ਤੈਨੂੰ ਗੁਰੂ ਸਾਹਿਬ ਅੰਤਰ ਜਾਵੇ ਨੂੰ ਤੂੰ ਇਹੋ ਜਿਹੇ ਬਚਨ ਕਹਿਣਾ ਠੀਕ ਨਹੀਂ ਸਮਝੋ ਸਿਆਣੇ ਤੂੰ ਬੜਾ ਸਿਆਣਾ ਪਸੰਦ ਹੈ ਤੇਰੇ ਵਾਸਤੇ ਯੋਗ ਨਹੀਂ ਗੁਰੂ ਸਾਹਿਬ ਨੂੰ ਇਹ ਬਚਨ ਕਹਿਣੇ ਕਿ ਇਹਨੇ ਉਧ ਮੂਲ ਉਠਾ ਛੱਡੀ ਹੈ ਲੜਦਾ ਰਹਿੰਦਾ ਨਿਭਜੋ ਸਾਲੋ ਬੰਸ ਮਜਹਰੇ ਤੂੰ ਆਪ ਹੀ ਆਪਦੇ ਖਾਨਦਾਨ ਨੂੰ ਹੀ ਦੇਖਦਾ ਤੂੰ ਕਿੱਥੇ ਜਨਮ ਲਿਆ ਹੈ ਤੂੰ ਬ੍ਰਹਮ ਗਿਆਨੀ ਭਾਈ ਸਾਲੋ ਦਾ ਪੋਤਾ ਹੈ ਸ਼ਰਧਾ ਤਰੋ ਸਦਾ ਉਰ ਭਾਰੀ ਹਿਰਦੇ ਸ਼ਰਧਾ ਧਾਰ ਕਹਿ ਗੁਰੂ ਬਖਸ਼ ਸਿੰਘ ਸੁਣ ਸਰੋਤਾ ਜਿਹੜੇ ਕਥਾ ਸਤ ਸੰਗਤ ਜੀ ਜਿਨ੍ਹਾਂ ਨੇ ਬਣਾਈ ਹੈ ਰੱਜ ਰੱਜ ਕੇ ਦਸਵੇਂ ਪਾਤਸ਼ਾਹ ਦਰਸ਼ਨ ਕੀਤੇ ਜਿਨ੍ਹਾਂ ਨੇ ਭਾਈ ਰਾਮ ਕੌਰ ਜੀ ਨੇ ਬਾਬਾ ਗੁਰਬਖਸ਼ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਵੀ ਕਹਿ ਰਹੇ ਨੇ ਦੁਨੀ ਚੰਦ ਕਹਿ ਹੌਲ ਅਦੋਤਾ ਹੇ ਗੁਰਸਿੱਖੋ ਦੁਨੀ ਚੰਦ ਦੇ ਜਦੋਂ ਹੌਲ ਉੱਠਿਆ ਮੇਰੇ ਕੋਲ ਵੀ ਰਾਤ ਨੂੰ ਆਇਆ ਸੀ ਇਹ ਪ੍ਰਤੱਖ ਦੱਸ ਰਹੇ ਨੇ ਉਦੈ ਸਿੰਘ ਕੋ ਤਜ ਤਤਕਾਲਾ ਭਾਈ ਉਦੈ ਸਿੰਘ ਨੂੰ ਤਿਆਗ ਕਰਕੇ ਦੁਨੀ ਚੰਦ ਆਏ ਹੋ ਤ੍ਰਸਤ ਵਿਸਾਲਾ ਡਰਦਾ ਹੋਇਆ ਫਿਰ ਮੇਰੇ ਕੋਲੇ ਆਇਆ ਭਾਈ ਰਾਮ ਕੌਰ ਜੀ ਦੱਸ ਰਹੇ ਨੇ ਆਪ ਕਥਾ ਲਿਖਾਉਂਦੇ ਨੇ ਨਾਲੇ ਬੈਠੋ ਨਿਕਟ ਸੁਣਾਵਣ ਲਾਗਾ ਹੇ ਗੁਰਸਿੱਖੋ ਮੇਰੇ ਕੋਲੇ ਬੈਠ ਕੇ ਮੇਰੇ ਕੋਲੇ ਵੀ ਗੱਲਾਂ ਸੁਣਾਉਣ ਲੱਗਿਆ ਦੁਨੀ ਚੰਦ ਦੇਖੋ ਹਮਨੇ ਕੇ ਗੁਰ ਕਾ ਜਾਗਾ ਦੇਖੋ ਹਮਨੇ ਕੇ ਗੁਰ ਜਾਗਾ ਦੇਖੋ ਰਾਮ ਕੌਰ ਜੀ ਆਪਾਂ ਮਸੰਦੀ ਆ ਗੁਰੂ ਨੂੰ ਬਣਾਉਣ ਵਾਲੇ ਆਪਾਂ ਗੁਰੂ ਨਾਨਕ ਦੇਵ ਜੀ ਗੱਦੀ ਦੇ ਉੱਤੇ ਜਗ੍ਹਾ ਦੇ ਉੱਤੇ ਆਪਾਂ ਇਹਨੂੰ ਗੁਰੂ ਬਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਗਰੇ ਸੰਗਤ ਚਰਨ ਚੁਗਾਈ ਸਾਰੀਆਂ ਸੰਗਤਾਂ ਆਪਣੇ ਮਸੰਦਾਂ ਦੇ ਅਧੀਨ ਨੇ ਇਹਨਾਂ ਦੇ ਚਰਨਾਂ ਤੇ ਲਿਆ ਕੇ ਪਾਈਆਂ ਪੇਸ਼ ਹਮਾਰੇ ਆਈ ਤੇ ਆਪਣੇ ਹੀ ਪੇਸ਼ ਪੈ ਗਏ ਆਪਾਂ ਨੂੰ ਹੀ ਹਾਥੀਆਂ ਦੇ ਮੂਹਰੇ ਰੜਾਉਣ ਲੱਗ ਗਿਆ ਚੰਗਾ ਇਹਨੇ ਆਪਣੇ ਤੇ ਆਪਣਾ ਸਾਨ ਜਾਣਿਆ ਮਾਝੇ ਕੇ ਸਿੱਖ ਗਨ ਮੈਂ ਲਿਆਇਓ ਮੈਂ ਸਾਰੇ ਮਾਝੇ ਦੇ ਸਿੱਖ ਲਿਆਇਆ ਹਾਂ ਨਾਲ ਅਬ ਚਾਹਤ ਗਜ ਤੇ ਤੁੜਵਾਇਓ ਹੁਣ ਮੇਰੇ ਤੇ ਗਲ ਪੈ ਗਿਆ ਕਹਿੰਦਾ ਤੂੰ ਹੀ ਹਾਥੀ ਦਾ ਮੁਕਾਬਲਾ ਕਰ ਹਾਥੀ ਤੋਂ ਮੈਨੂੰ ਮਰਵਾਉਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਜੀ ਹਮ ਤੁਮੇ ਹੈ ਨਜ਼ਦੀਕੀ ਦੋ ਕਹਿੰਦਾ ਆਪਾਂ ਗਵਾਂਢੀ ਹੈ ਤੂੰ ਰਮਦਾਸ ਨਗਰ ਦਾ ਭਾਈ ਰਾਮ ਕੌਰ ਜੀ ਗੁਰਬਖਸ਼ ਸਿੰਘ ਜੀ ਮੈਂ ਅੰਮ੍ਰਿਤਸਰ ਦਾ ਮਸੰਦ ਹਾਂ ਦੁੱਖ ਮੈਂ ਦੁਖੀ ਸੁਖੀ ਸੁਖ ਜੋ ਜੇ ਮੈਨੂੰ ਦੁੱਖ ਹੈ ਤਾਂ ਤੁਸੀਂ ਦੁੱਖ ਮੰਨੋਗੇ ਜੇ ਮੈਨੂੰ ਸੁੱਖ ਹੈ ਤਾਂ ਤੁਹਾਨੂੰ ਵੀ ਸੁੱਖ ਹੋਵੇਗਾ ਅਪਦਾ ਪਰੇ ਆਨ ਮੁਝ ਭਾਰੀ ਹੁਣ ਤੁਹਾਨੂੰ ਮੈਂ ਸੱਚ ਦੱਸਦਾ ਮੇਰੇ ਤੇ ਬਿਪਤਾ ਪੈ ਗਈ ਸੰਗੇ ਬਨ ਕਹਿ ਲਿਓ ਉਬਾਰੀ ਹੁਣ ਮੇਰਾ ਸਾਥੀ ਬਣ ਮੈਨੂੰ ਬਚਾ ਲਾ ਹਾਥੀ ਤੋਂ ਮੈਂ ਮਿਲ ਜੁੱਧ ਹਡਾ ਬਨ ਕਰੋ ਜਾਂ ਫਿਰ ਆਪਾਂ ਮਿਲ ਕੇ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਕੋਲੇ ਜਾਈਏ ਤੇ ਜੰਗ ਹਟਾਈਏ ਸੁਲਾ ਕਰ ਲੈਣ ਪਹਾੜੀਆਂ ਨਾਲ ਕਹਿ ਹੋਏ ਸੰਗ ਪਹਾਜ ਚੱਲ ਪਰੋ ਨਹੀਂ ਫਿਰ ਮੇਰਾ ਸਾਥੀ ਬਣਾ ਪਰ ਰਾਤ ਨੂੰ ਭੱਜ ਚੱਲੀਏ ਬਾਬਾ ਗੁਰਬਖਸ਼ ਸਿੰਘ ਨੂੰ ਵੀ ਨਾਲ ਭਾਗੜ ਦੰਗ ਕਰਨਾ ਚਾਹੁੰਦਾ ਹੈ ਉਹ ਜਾਂਦੇ ਨੇ ਸੱਚ ਨਹੀਂ ਬਾਬਾ ਬੁੱਢਾ ਜੀ ਦੀ ਮਨਸ ਵਿੱਚੋਂ ਹਨ ਦਸਵੇਂ ਪਾਤਸ਼ਾਹ ਨੂੰ ਆਪ ਤਿਲਕ ਦੇਣ ਵਾਲੇ ਹਨ ਪੰਜਾਹ ਸਾਲ ਦਸਵੇਂ ਪਾਤਸ਼ਾਹ ਤੋਂ ਬਾਅਦ ਸਤਸੰਗ ਜੀ ਜਿਉਂਦੇ ਰਹੇ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਰਾਮ ਕੌਰ ਜੀ ਜਦੋਂ ਸਾਡਾ ਘਰ ਇੱਥੇ ਸੀ ਉਦੋਂ ਤੇਰਾ ਵਿਕੁੰਠ ਧਾਮ ਵਿੱਚ ਸੀ ਜਦ ਤੂੰ ਇੱਥੇ ਆ ਜਾਏਗਾ ਅਸੀਂ ਉੱਥੇ ਚਲੇ ਜਾਵਾਂਗੇ ਬਚਨ ਕੀਤਾ ਕਿ ਜਿੰਨਾ ਚਿਰ ਤੂੰ ਮਾਤ ਲੋਕ 'ਚ ਰਹੇਗਾ ਰੋਜ਼ ਤੈਨੂੰ ਦਰਸ਼ਨ ਦਿਆ ਕਰਾਂਗੇ ਇਹੋ ਜਿਹੇ ਬ੍ਰਹਮੇ ਤੇ ਸਤਸੰਗੀ ਨੱਠਣ ਵਾਲੇ ਸੀ ਕਿਤੇ ਇਹ ਦੁਨੀ ਚੰਦ ਇਹਨਾਂ ਨੂੰ ਵੀ ਕਹਿੰਦਾ ਤੂੰ ਮੇਰਾ ਸਾਥੀ ਬਣ ਚੱਲ ਚੱਲੀਏ ਇਸ ਮਹਿ ਗੁਰੂ ਕੇ ਲੱਛਣ ਕੋਈ ਨਾ ਦਸਵੇਂ ਪਾਤਸ਼ਾਹ ਵਿੱਚ ਕਹਿੰਦਾ ਗੁਰੂ ਦੇ ਲੱਛਣ ਤਾਂ ਕੋਈ ਨਹੀਂ ਹਨ ਰੋਜ਼ ਲੜਾਈ ਰੱਖਦਾ ਇਹ ਸਮੀਪ ਅਬ ਲੋਕੇ ਲੋਏ ਨਾ ਮੈਂ ਕਹਿੰਦਾ ਅੱਖੀ ਨੋੜੇ
घोले बैठ के देख लिया इन्हां च गुरु वाले कोई लक्षण नहीं हन। अब करतारपुरे चल भरा, चल चलिए धीर मल नू आपा मानता दे दिए, धीर मल नू गुरु थाप लिए, इहनू छड्ड दिए, धीर मल को वडगुर करै, वड्डा गुरु धीर मल नू बना लैंदे हां, संगत सगरी तहां लजावै, आपां जिन्ने मसंदां इलाकियां दे सारे संगत नू प्रेर के धीर मल दे कोले लै चलिए करतारपुर, अनका कूरन को अर पावै, उत्थे सारियां भेटां दे ढेर लग जाण, गुरु करन तो हमरे हथ है, गुरु बनाउणा तां अपने हथ विच है, सत दी हंकारी हो गए सी ना मसंद, दंड दिता दसवें पातशाह ने मसंदा नूं, कहिंदे सी गुरु तां साडी मुठ्ठी विच वै, फिर कहिंदे सी कच्छ विच आ, जदों मर्जी कढ लईए गुरु नूं, सोढ़ी सारे गुरु ने, असीं मसंद संगतां तों ग्राही दिंदे आं, संगतां नूं लिया के जिहड़े दे मूहरे मत्था टकावांगे उही गुरु बण जूगा, ऐ समझदे सी सत संगत जी। इह कहिंदा चल आपां धीर मन नूं गुरु मना लैंदे आं, इधरों उल्ट चलिए ता रोज लड़ाई रखदा गुरु गोबिंद सिंह जी, जै संगत जदों टेकै माथा, जिथे आपां संगत नूं लै के मत्था टेकांगे तैही चौह दिश के सिख आवै, चार सवेरे दे सिख उत्थे ही आउणा शुरू कर देणगे, गुरु जान कर सीस निवावै, धीर मल नूं गुरु जान के सिर झुकाउणगे सारे, धीर मल आगे बहु भारी, अगे धीर मल ने तैनूं चिट्ठी नहीं पाई चेते कराउंदा सत संगी बाबा गुरबख्श सिंह नूं इह दुनी चंद, पठे सिख तुम सदन मुझारी, रमदास नगर तेरे कोले धीर मल ने करतारपुर तो सिख भी भेजे सी, कलगे जगा बाज पठ दीजै, के मैनू गुरतक दी दा तिलक दे दे, इक तां कलगी दे दे, नाले घोड़ा इक दे दे, मणिया आली चकरी दे दे, बड़े उपकार मोहे पर की जा, ए मेरे ते पर उपकार कर, लालची लोभी सी सत संगी धीर मल, इन्हें आप सत संगी चिट्ठियां पाईया, अपने सिख धीर मलिए भेजे रमदास नगर, के पंथ ओनू गुरु मनदा जी नूं तिलक दे देवे बाबा बुढ़ा जी दी वंश, के मैनू राम कौर बाबा गुरबख्श सिंह जी जे किते तिलक देण फिर मैं सारे जग दा गुरु बन जूंगा, पर बाबा गुरबख्श सिंह जी सत संग जी किवें दे सकदे सी, अज दुनी चंद मरन तो डरदा कहिंदा चल तू उहनां नूं तिलक दे दे, चाहो दर्ब मोहि ते जेता, जे धीर मल ने चिट्ठी पाई सी जिन्ना धन तू लैणा मेथों लै लो, बिना बिलाम पठो अब तेता, बिना देरी तो आ जाओ मैं थोनू दे देवांगा धन, तुम कर दे मम बड बड़ियाई, मेनू बड़ी बड़ियाई गुरता गद्दी दी थोड़े घरों मिलनी है रमदास नगर तो, बेतै जगता आए समधाई, सारे लोग आउणगे मैं मशहूर हो जावांगा, धीर मल ने चिट्ठी तैनू पाई सी, सदा प्रतीखत तुमको सोई, हे बाबा गुरबख्श सिंह जी दुनी चंद कहिंदा थोनू तां सदा ਉਡੀਕਦਾ ਰਹਿੰਦਾ ਕਰਤਾਰਪੁਰ ਧੀਰ ਮਲ, ਸੋ ਚਲੋ ਮਿਲਾ ਅਬ ਦੋਈ, ਚੱਲ ਆਪਾਂ ਦੋਨੋਂ ਹੀ ਨਿਕਲ ਚੱਲੀਏ ਦਸਵੇਂ ਪਾਤਸ਼ਾਹ ਕੋਲੋਂ, ਇਹਦੇ ਕੋਲ ਨਹੀਂ ਰਹਿਣਾ, ਰੋਜ਼ ਲੜਾਈ ਹੁੰਦੀ, ਰੋਜ਼ ਨੁਕਸਾਨ ਹੁੰਦਾ ਸਿੰਘਾਂ ਦਾ, ਚੱਲੀਏ ਧੀਰ ਮਲ ਨੂੰ ਗੁਰੂ ਥਾਪੀਏ, ਇਹਨਾਂ ਤੇ ਹੋ ਮਨ ਹੈ ਅਬ ਮੇਰਾ, ਹੁਣ ਤੂੰ ਬਿਨਾ ਜੇ ਨਾ ਮਨ ਹੈ, ਜੇ ਨਾ ਕਹੋ ਮਨ ਹੈ ਅਬ ਮੇਰਾ, ਇਹ ਬਾਬਾ ਗੁਰਬਖਸ਼ ਸਿੰਘ ਦੁਨੀ ਚੰਦ ਕਹਿੰਦਾ ਜੇ ਤੂੰ ਮੇਰੇ ਕਹੇ ਨਾ ਮੰਨੇਗਾ, ਸੁਣੀਐ ਜੇ ਮੋਹ ਕਸ਼ਟ ਵਡੇਰਾ, ਹੁਣ ਇਹ ਵੀ ਸੁਣ ਲੈ ਕੱਲ ਨੂੰ ਦਿਨ ਚੜ੍ਹਦੇ ਨੂੰ ਜੰਗ ਸ਼ੁਰੂ ਹੋਣਾ, ਕਸ਼ਟ ਬੜਾ ਹੋਊ, ਨਿਸਾ ਬਿਤੇ ਹੋਵਤ ਪੁਨਸਾਰਾ, ਰਾਤ ਬਤੀਤ ਹੋ ਜਾਣੀ ਆ ਸਵੇਰ ਹੁੰਦਿਆਂ ਹੀ, ਧੋਵੈ ਮਸਤ ਮਤੰਗ ਉਧਾਰਾ, ਜਸਵਾੜੀਆਂ ਦਾ ਜਿਹੜਾ ਹਾਥੀ ਹੈ ਸ਼ਰਾਬ ਪਿਆ ਕਰਕੇ ਘੜੇ ਕਿੰਨੇ ਹੀ ਸ਼ਰਾਬ ਦੇ, ਤਵੀਆਂ ਬੰਨ ਕੇ ਰੋਹੇ ਦੀਆਂ ਉਹ ਸਾਹਮਣੇ ਕਿਲੇ ਦਾ ਤਖਤਾ ਭੰਨਣ ਨੂੰ ਤਿਆਰ ਹੋ ਜਾਣਾ, ਅਗੋਂ ਸੁਭਟ ਸੰਗ ਲਹਿ ਰਾਜੇ, ਰਾਜੇ ਨੇ ਕੇਸਰੀ ਚਾਹੁੰਦੇ ਲੱਖਾਂ ਸੂਰਮੇ ਨਾਲ ਲੈ ਕੇ, ਤੁਰਤ ਹੈ ਤੁਰ ਹੈ ਤੁਰ ਹੈ ਤੁਰਤ ਆਨ ਦਰਵਾਜੇ, ਆ ਕੇ ਦਰਵਾਜਾ ਲੋਹੜ ਦਾ ਤੋੜ ਦੇਣਾ ਕਿਲੇ ਦਾ, ਜੋ ਸਨਮੁਖ ਹੋਏ ਸੋ ਕਰ ਕੱਟ ਜਾਏ ਹੈ, ਜਿਹੜਾ ਸਾਹਮਣੇ ਸਿੰਘ ਹੋਊ ਕੱਟਿਆ ਜਾਵੇਗਾ, ਦੀਨ ਭਏ ਤੇਰੇ ਪਗੈ ਲੈ ਹੈ, ਜਦੇ ਵੇਲੇ ਆਪਾਂ ਕਿਲਾ ਤੋੜ ਦਿੱਤਾ ਸਾਰਿਆਂ ਨੂੰ ਆਪਾਂ ਨੂੰ ਮਾਰ ਦੇਣਗੇ ਬੈਰੀ, ਸਜਾਈ ਦਸਵੇਂ ਪਾਤਸ਼ਾਹ ਨੂੰ ਵੀ ਕੈਦ ਕਰ ਲੈਣਾ ਉਹਨਾਂ ਨੇ, ਆਪਾਂ ਨੂੰ ਵੀ ਜਿਹੜੇ ਬਚਾਂਗੇ ਕੈਦ ਕਰਕੇ ਸਜ਼ਾ ਦੇਣਗੇ, ਬੰਦ ਜੇਲ ਦਿੱਲੀ ਪਹੁੰਚਾਈ, ਜੇਲ ਚ ਬੰਨ ਕੇ ਦਸਵੇਂ ਪਾਤਸ਼ਾਹ ਨੂੰ ਦਿੱਲੀ ਭੇਜ ਦੇਣਾ ਪਹਾੜੀ ਰਾਜਿਆਂ ਨੇ, ਸਹਾਇਤਾ ਕਿਸਕੀ ਨਹੀਂ, ਉੱਥੇ ਕਿਸੇ ਨੇ ਕਿਸੇ ਦੀ ਸਹਾਇਤਾ ਨੀ ਕਰਨੀ, ਦਿੱਲੀ ਪਰੋ ਕੈਦ ਤਾਂ ਹੈ ਹੀ ਮਰ ਜਾਹੀ, ਕੈਦ ਵਿੱਚ ਪਏ ਹੀ ਮਰ ਜਾਂਗੇ, ਵਿਚਾਰ ਮਮ ਸਾਥ ਕਹੀ ਜਾ,
क्यों विचार करके मेरा साथ दे गुरबख्श सिंह निसै तिमर गाढ़ो लख ली जा। इस वेले बड़ा गाढ़ा नेरा है रात नू निकल चलिए। हां जी चलो पलायन हो वै इस बारे चलो हुण आपां चलिए छेती सिंह माजे के संग हमारे जिन्ने माजे दे सिंह ने अपने नाल ने सारे ही निकलांगे। सतसंगी समा संपूर्ण हो गया है इत्थे विश्राम दिंदे हां। सो सतसंग जी जिवें इसने अपने नाल दे सिंघां नूं नाल लै के किला टप्पणा है रातों रात सतसंग जी निकल जाणा लत्त टुट जाणी आ किले तों टप्प दे दी सपना लड़के सतसंग जी ने मर जाणा। ਇਹੀ ਜੀ ਸਤਸੰਗ ਜੀ ਮੌਤ ਇਹਦੀ ਕਪੁੱਠੀ ਹੋਣੀ ਹੈ। ਗੁਰੂ ਸਾਹਿਬ ਤੋਂ ਸਤਸੰਗ ਜੀ ਬੇਮੁੱਖ ਹੋ ਕਰਕੇ ਇਹੀ ਹਾਲਤ ਹੋਇਆ ਕਰਦੀ ਹੈ। ਸਾਰੇ ਖਾਲਸੇ ਨੇ ਸਨਮੁਖ ਸਤਸੰਗ ਜੀ ਸ਼ਹੀਦੀਆਂ ਪਾਈਆਂ। ਅੱਜ ਸਤਸੰਗ ਜੀ ਬਕੁੰਠ ਧਾਮ ਦੇ ਵਿੱਚ ਆਨੰਦ ਮਾਣਦੇ ਇਹੋ ਜਿਹੇ ਮਸੰਦਾਂ ਨੇ ਸਤਸੰਗ ਜੀ ਦੁੱਖ ਪਾਏ ਹਨ। ਸੋ ਪ੍ਰੇਮੀ ਜਨੋ ਗੁਰੂ ਦੇ ਸਨਮੁੱਖ ਹੋਣਾ ਬੜਾ ਹੀ ਔਖਾ ਹੈ। ਕਸਬੱਟੀ ਦੇ ਉੱਤੇ ਸਤਸੰਗ ਜੀ ਲੱਗਣਾ ਵੀ ਬੜਾ ਔਖਾ, ਕਹਿ ਲੈਣਾ ਸੁਖਾਲਾ ਹੈ। ਬੇਨਤੀਆਂ ਕਰੀਏ ਸਤਿਗੁਰੂ ਕਿਰਪਾ ਕਰਨ, ਸਤਸੰਗ ਜੀ ਸਦੇ ਖਾਲਸਾ ਕਿਰਤ ਕਿਰਤ ਹੁੰਦਾ ਹੈ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਾਲਸਾ ਜੀ। ਇਸ ਵੇਲੇ ਰਾਗੀ ਸਿੰਘ ਹਾਜ਼ਰ ਹਨ, ਆਪ ਰਸ ਪਿੰਨਾ ਕੀਰਤਨ ਸਰਵਣ ਕਰੋ।